ਬ੍ਰੇਕ ਤੋਂ ਬਾਅਦ ਦੇਸ਼ ਵਿਦੇਸ਼ ਦੇ ਦਰਸ਼ਕਾਂ ਦਾ ਤਹਿ ਦਿਲ ਤੋਂ ਸਵਾਗਤ ਕਰਦਾ ਹਾਂ ਤੁਹਾਡੇ ਆਪਣੇ ਪ੍ਰੋਗਰਾਮ ਕੁਝ ਕੌੜੇ ਸੱਚ ਵਿੱਚ। ਦਰਸ਼ਕੋ, ਅੱਜ ਸਾਡੇ ਨਾਲ ਸਟੂਡੀਓ ਦੇ ਵਿੱਚ ਹਨ ਸਰਦਾਰ ਸਿਮਰਨਜੀਤ ਸਿੰਘ ਮਾਨ, ਅਤੇ ਗੱਲ ਚੱਲ ਰਹੀ ਸੀ ਕਿ ਜਦੋਂ ਐਸਾ ਸਮਾਂ ਬਣਿਆ, ਕੌਮ ਦੇ ਉੱਪਰ ਭੀੜ ਬਣੀ, ਜਦੋਂ ਬੋਤਾ ਸਿੰਘ, ਗਰਜਾ ਸਿੰਘ ਦੇ ਵਾਰਸਾਂ ਨੇ ਸਾਹਮਣੇ ਆਉਣਾ ਸੀ ਅਤੇ ਸੰਤ ਸਮਾਜ ਐਨ ਟਾਈਮ ਦੇ ਉੱਪਰ ਆਪਣੇ ਪੈਰ ਖਿੱਚ ਗਿਆ। ਮਾਨ ਸਾਹਿਬ, ਮੈਂ ਤੁਹਾਡੇ ਕੋਲ ਜਾਣਨਾ ਚਾਹੁੰਦਾ ਵਾਂ ਕਿ ਬਿਲਕੁਲ ਐਨ ਟਾਈਮ ਦੇ ਉੱਪਰ ਸੰਤ ਸਮਾਜ ਨੇ ਆਪਣੇ ਪੈਰ ਪਿੱਛੇ ਕਿਉਂ ਖਿੱਚੇ? ਮੱਖੂ ਸਾਹਿਬ, ਸਾਨੂੰ ਬਹੁਤ ਸਦਮਾ ਹੋਇਆ। ਸਾਡੇ ਪੈਰਾਂ ਥੱਲਿਓਂ ਧਰਤੀ ਖਿਸਕ ਗਈ ਜਦੋਂ ਇਹਨਾਂ ਨੇ ਕਿਹਾ ਕਿ ਅਸੀਂ ਨਹੀਂ ਆਵਾਂਗੇ। ਅਤੇ ਇਹ ਜਿਹੜੇ ਦੋਨੋਂ ਸੰਤ ਮਹਾਤਮਾ ਬਹੁਤ ਇੱਜ਼ਤਦਾਰ ਹੈ, ਇਹਨਾਂ ਨੇ ਇਹ ਵੀ ਕਹਿਤਾ ਕਿ ਸਾਡੇ ਬਗੈਰ ਸਰਬੱਤ ਖਾਲਸਾ ਨਹੀਂ ਹੋਣਾ। ਅੱਛਾ, ਇੱਥੋਂ ਤੱਕ ਇਹਨਾਂ ਦੀ ਸੋਚ ਪਹੁੰਚ ਗਈ। ਫਿਰ ਜਿਵੇਂ ਮੈਂ ਕਿਹਾ, ਅਸੀਂ ਘਬਰਾ ਗਏ ਸੀਗੇ। ਅੱਛਾ, ਫਿਰ ਅਸੀਂ ਸਾਰਿਆਂ ਨੇ ਮੀਟਿੰਗ ਕੀਤੀ ਬੈਠ ਕੇ ਕਿ ਆਪਾਂ ਨੇ ਸਰਬੱਤ ਖਾਲਸਾ ਦੀ ਕਸਮ ਚੱਕੀ ਹੋਈ ਹੈ ਕਿ ਜੋ ਕੁਛ ਸਿੱਖਾਂ ਦੇ ਗੁਰੂ ਗ੍ਰੰਥ ਸਾਹਿਬ ਨੂੰ ਚੋਰੀ ਕਰਕੇ ਲਿਆ, ਗਲੀਆਂ ਦੇ ਵਿੱਚ ਪਾੜ ਪਾੜ ਕੇ ਸਿੱਟਿਆ ਪਿਆ, ਇਹ ਤਾਂ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਅਤੇ ਅਸੀਂ ਫਿਰ ਬਾਬਾ ਫਤਿਹ ਸਿੰਘ ਅਤੇ ਜ਼ੋਰਾਵਰ ਸਿੰਘ ਨੂੰ ਕਿਹਾ, ਅਰਦਾਸ ਕੀਤੀ ਕਿ ਬਾਬੇ, ਹੁਣ ਤਾਂ ਤੁਹਾਡੇ ਹੱਥ ਦੇ ਵਿੱਚ ਹੈ, ਸਾਡੇ ਹੱਥ 'ਚ ਕੋਈ ਨਹੀਂ, ਅਤੇ ਅਸੀਂ ਨਾ ਪਿੱਛੇ ਹਟ ਸਕਦੇ ਹਾਂ ਪਰ ਅੱਗੇ ਜ਼ਰੂਰ ਜਾ ਸਕਦੇ ਹਾਂ। ਓਕੇ, ਅਤੇ ਅਸੀਂ ਅੱਗੇ ਚੱਲਣ ਲੱਗੇ ਹਾਂ। ਫਿਰ ਅਸੀਂ ਇਹਨਾਂ ਤੋਂ STPC ਤੋਂ ਪਰਮਿਸ਼ਨ ਮੰਗੀ ਕਿ ਅਸੀਂ ਦੀਵਾਨ ਹਾਲ ਦੇ ਵਿੱਚ ਕਰ ਲਈਏ, ਪਰ ਸ਼ੁਕਰ ਹੈ ਰੱਬ ਦਾ ਕਿ ਇਹਨਾਂ ਨੇ ਸਾਨੂੰ ਜਵਾਬ ਦੇ ਤਾ। ਕਿਉਂ ਕਰਕੇ ਸਾਰੇ ਦਰਬਾਰ ਸਾਹਿਬ ਦੇ ਕੰਪਲੈਕਸ ਦੇ ਵਿੱਚ 7 ਲੱਖ ਸਿੱਖਾਂ ਇਕੱਠੇ ਨਹੀਂ ਸੀ ਹੋ ਸਕਦੇ। ਫਿਰ ਅਸੀਂ ਤੁਹਾਨੂੰ ਲੱਗਦਾ ਸੀ ਏਡਾ ਵੱਡਾ ਇਕੱਠ ਹੋ ਜਾਏਗਾ? ਨਹੀਂ ਨਹੀਂ, ਇਹ ਤਾਂ ਚੰਬਾ ਹੀ ਹੈ, ਗੁਰੂ ਸਾਹਿਬ ਦੀ ਕਿਰਪਾ। ਦੇਖੋ, ਇੱਥੋਂ ਤੱਕ ਕਿ 9 ਤਰੀਕ ਨੂੰ ਮੈਨੂੰ ਬਿਆਸ ਤੋਂ ਟੈਲੀਫੋਨ ਆਇਆ, ਉਹ ਕਹਿੰਦੇ ਜੀ ਅਸੀਂ 8 ਸਿੰਘ ਹੈ, ਇੱਥੇ ਬਲੋਕੇਡ ਲੱਗਿਆ ਹੋਇਆ, ਗੱਡੀਆਂ ਪਤਾ ਨਹੀਂ ਕਿੰਨੇ ਚਿਰ ਇੱਥੇ ਫਸੀਆਂ ਰਹਿਣਗੀਆਂ, ਅਤੇ ਅਸੀਂ ਜ਼ਰੂਰ ਆਉਣਾ ਇਹ ਸਰਬੱਤ ਖਾਲਸੇ 'ਤੇ, ਅਸੀਂ ਕਰੀਏ ਕੀ? ਮੈਂ ਕਿਹਾ ਤੁਹਾਡੀਆਂ ਉਮਰਾਂ 25 ਤੋਂ ਘੱਟ ਨੇ? ਕਹਿੰਦੇ ਹਾਂਜੀ, ਅਸੀਂ ਸਾਰੇ ਨੌਜਵਾਨ ਹੈ। ਮੈਂ ਕਿਹਾ ਫਿਰ ਤੁਸੀਂ ਇਹ ਟਾਇਰਾਂ ਦੀਆਂ ਟਿਊਬਾਂ ਲੈ ਲਓ, ਉਹਨਾਂ ਨੂੰ ਭਰ ਕੇ ਅਤੇ ਇਹ ਤੁਸੀਂ ਪਾਰ ਕਰ ਦਿਓ ਬਿਆਸ ਨੂੰ। ਅੱਛਾ, ਅਤੇ ਸੱਚੀ ਮੁੱਚੀ ਅਗਲੇ ਦਿਨ ਪਹੁੰਚ ਕੇ ਬਿਆਸ ਦਰਿਆ ਪਾਰ ਕਰਕੇ, ਯੈਸ ਹਾਂ, ਤਰ ਕੇ ਦੂਜੇ ਬੰਨੇ ਲੱਗ ਕੇ, ਅਤੇ ਉਹਨਾਂ ਨੇ ਕੱਪੜੇ ਆਪਣੇ ਜਿਹੜੇ ਸੁੱਕੇ ਪਾਉਣੇ ਸੀ ਉਹ ਸਿਰ ਨੂੰ ਬੰਨ ਲਏ ਅਤੇ ਪਾਰ ਕਰ। ਹਾਂ, ਇਹੋ ਜਿਹਾ ਜਜ਼ਬਾ ਸੀ ਸਿੱਖ ਕੌਮ ਦੇ ਵਿੱਚ। ਅਤੇ ਇੱਕ ਹੋਰ ਮੈਂ ਤੁਹਾਡੇ ਕੋਲ ਜਾਣਕਾਰੀ ਲੈਣੀ ਚਾਹੁੰਦਾ, ਜਿਵੇਂ ਤੁਸੀਂ ਗੱਲ ਕੀਤੀ ਢੱਡਰੀਆਂ ਵਾਲੇ ਦੀ, ਪੰਥਪ੍ਰੀਤ ਸਿੰਘ ਦੀ, ਤੁਸੀਂ ਕਿਹਾ ਵੀ ਇਹਨਾਂ ਨੂੰ ਲੱਗਦਾ ਸੀ ਸਾਡੇ ਬਿਨਾਂ ਇਕੱਠ ਨਹੀਂ ਹੋਣਾ, ਅਤੇ ਸਰਬੱਤ ਖਾਲਸਾ 7 ਲੱਖ ਉੱਥੇ ਇਕੱਠ ਹੋ ਗਿਆ। ਮੈਂ ਤੁਹਾਡੇ ਕੋਲ ਇੰਨੀ ਜਾਣਕਾਰੀ ਲੈਣੀ ਚਾਹੁੰਦਾ, ਤੁਹਾਨੂੰ ਕੀ ਲੱਗਦਾ ਵੀ ਉਹ ਇਕੱਠ ਤੁਹਾਡੇ ਕਰਕੇ ਹੋਇਆ? ਨਹੀਂ ਨਹੀਂ ਨਹੀਂ, ਇਹ ਤਾਂ ਵਾਹਿਗੁਰੂ ਨੇ ਕੀਤਾ। ਫਤਿਹ ਸਿੰਘ ਜ਼ੋਰਾਵਰ ਸਿੰਘ ਨੂੰ ਅਰਦਾਸ ਕਰਨ ਦੀ ਕੀ ਲੋੜ ਪੈ ਗਈ ਸੀ? ਫਿਰ ਅਸੀਂ ਤਾਂ ਡਰ ਗਏ ਸੀ, ਘਬਰਾ ਗਏ ਸੀਗੇ ਕਿ ਹੁਣ ਕਰਾਂਗੇ ਕੀ, ਸਾਡੀ ਤਾਂ ਬਹੁਤ ਭਾਰੀ ਪੰਥ ਦੇ ਵਿੱਚ ਬੇਇੱਜ਼ਤੀ ਹੋ ਜਾਣੀ ਹੈ, ਪਰ ਗੁਰੂ ਸਾਹਿਬ ਨੇ ਸਾਡੀ ਰੱਖ ਲਈ। ਹਾਂ, ਮੇਰੇ ਕਰਕੇ ਨਹੀਂ, ਸੰਤ ਸਮਾਜ ਤੁਹਾਡੇ ਖਿਲਾਫ ਹੋ ਗਿਆ ਜਿਵੇਂ ਕਿ ਤੁਸੀਂ ਦੱਸਿਆ, ਕੁਝ ਕੁ ਨੂੰ ਛੱਡ ਕੇ ਸਰਕਾਰ ਤੁਹਾਡੇ ਖਿਲਾਫ ਹੋ ਗਈ, ਜਿਹੜਾ ਤੁਸੀਂ ਲੋਕਾਂ ਦੇ ਨਾਮ ਲਏ ਨੇ, ਤੁਸੀਂ ਦੱਸਿਆ ਵੀ ਇਹ ਵੀ ਐਨ ਟਾਈਮ ਦੇ ਉੱਪਰ ਪੈਰ ਪਿੱਛੇ ਖਿੱਚ ਗਏ, ਫਿਰ ਸਟੇਜ ਦੇ ਉੱਪਰ ਮੈਂ ਦੇਖ ਰਿਹਾ ਸਾਂ ਉੱਥੇ ਵੀ ਤੁਹਾਡੇ ਬੰਦਿਆਂ ਦਾ ਹੀ ਜ਼ੋਰ ਰਿਹਾ ਸਟੇਜ ਦੇ ਉੱਪਰ, ਜਿਵੇਂ ਮਨਾਮਾ ਜੀ ਹੋ ਗਏ, ਕਾਹਨ ਸਿੰਘ ਵਾਲਾ ਹੋ ਗਿਆ, ਇਹਦਾ ਕੀ ਕਾਰਨ ਤੁਸੀਂ ਮੰਨਦੇ ਹੋ? ਇੱਕ ਪਾਸੇ ਤੁਸੀਂ ਕਹਿੰਦੇ ਵੀ ਪੰਥਕ ਇਕੱਠ ਸੀ, ਪਰ ਜ਼ੋਰ ਤੁਹਾਡੇ ਬੰਦਿਆਂ ਦਾ ਰਿਹਾ ਨਾ, ਫਿਰ ਹੋਰ ਕਾਹਦਾ ਰਹਿੰਦਾ? ਸਟੇਜ ਤਾਂ ਕਿਸੇ ਬੰਦੇ ਨੇ ਚਲਾਉਣੀ ਹੈ, ਜਥੇਬੰਦਕ ਹੋ ਕੇ, ਜਥੇਬੰਦਕ ਨਾ ਹੋਈਏ ਤਾਂ ਸਟੇਜ ਸਰਸਾ ਚੱਲਣੀ ਕਿਵੇਂ ਸੀਗੀ? ਇਹ ਤਾਂ ਜਥੇਬੰਦਕ ਹੋ ਕੇ ਇਹ ਚੱਲਦੀ ਹੈ ਨਾ ਸਟੇਜ। ਸਾਰੇ ਮਹਾਤਮਾ ਆ ਗਏ ਸੀਗੇ, ਬਾਬਾ ਜਗਤਾਰ ਸਿੰਘ, ਬਾਬਾ ਨਰਿੰਦਰ ਸਿੰਘ, ਸਾਰੇ ਜਿੰਨੇ ਵੀ ਕਾਰ ਸੇਵਾ ਵਾਲੇ ਸੀਗੇ, ਹੈੱਡ ਗ੍ਰੰਥੀ ਦਰਬਾਰ ਸਾਹਿਬ ਦੇ ਆ ਗਏ ਸੀਗੇ, ਸਾਰੇ STPC ਦੇ ਮੈਂਬਰ ਕਈ ਆਏ ਹੋਏ ਸੀਗੇ, ਕਈ ਕਾਂਗਰਸ ਦੇ ਆਏ ਹੋਏ ਸੀਗੇ, ਅਤੇ ਸਮੂਹ ਸਿੱਖਾਂ ਨੇ ਆਪਣਾ ਇਕੱਠ ਕਰਕੇ ਦਿਖਾ ਤਾ ਉੱਥੇ, ਅਤੇ ਇਹ ਚਿੜ ਗਏ। ਹੁਣ ਇਹਨਾਂ ਨੇ ਚਿੜਾ ਚਾ ਕੇ ਸਾਡੇ ਸਾਰੇ ਜਥੇਦਾਰ ਜਿਹੜੇ ਨਾਮਜ਼ਦ ਹੋਏ ਸੀ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸਾਡੇ ਸੀਨੀਅਰ ਲੀਡਰਸ ਮੋਹਕਮ ਸਿੰਘ, ਜਸਕਰਨ ਸਿੰਘ, ਗੁਰਦੀਪ ਸਿੰਘ, ਇਹ ਅੱਜ ਵੀ ਜੇਲ੍ਹਾਂ ਦੇ ਵਿੱਚ ਦਿੱਤੇ ਹੋਏ ਹੈ। ਤੁਸੀਂ ਪੁੱਛੋਗੇ ਕਿ ਫਿਰ ਬਾਅਦ ਦੇ ਵਿੱਚ ਕੀ ਕਾਮਯਾਬੀ ਹੋਈ? ਫਿਰ 15 ਤਰੀਕ ਨੂੰ ਬਰਗਾੜੀ, ਫਿਰ ਵੱਡਾ ਇਕੱਠ ਅਸੀਂ ਕੀਤਾ ਜਿਹਦੇ ਵਿੱਚ ਅਸੀਂ ਅਰਦਾਸ ਕੀਤੀ ਕਿ ਅਜੇ ਤੱਕ ਸਰਕਾਰ ਨੇ ਨਾ ਤਾਂ ਸਾਨੂੰ ਗੁਰੂ
ਗ੍ਰੰਥ ਸਾਹਿਬ ਜਿਹੜੇ ਚੋਰੀ ਹੋ ਗਏ ਉਹਦਾ ਪਤਾ ਜੀ, ਅਤੇ ਨਾ ਹੀ ਮੁਲਜ਼ਮ ਜਿਨ੍ਹਾਂ ਨੇ ਦੋ ਸਿੱਖ ਸਾਡੇ ਮਾਰੇ ਹੈ ਉਹ ਵੀ ਨਹੀਂ ਫੜੇ। ਫਿਰ ਉਹ ਵੀ ਸਿੱਖਾਂ ਨੇ ਬਹੁਤ ਤਕੜੇ ਹੋ ਕੇ, ਬੇਸ਼ੱਕ ਉਸ ਦਿਨ ਬਾਦਲ ਦੀ ਵੀ ਰੈਲੀ ਸੀ ਅਤੇ ਕਾਂਗਰਸ ਦੀ ਵੀ ਰੈਲੀ ਸੀ, ਪਰ ਤਾਂ ਵੀ ਜਿਹੜੇ ਸਿੰਘ ਸੀਗੇ ਉਹ ਸਾਈਕਲਾਂ ਮੋਟਰਸਾਈਕਲਾਂ ਦੇ ਉੱਤੇ ਚੜ੍ਹ ਕੇ ਆ ਗਏ। ਅਤੇ ਜਿਹੜਾ ਸਾਡਾ ਇਕੱਠ 10 ਤਰੀਕ ਨੂੰ ਹੋਇਆ ਨਵੰਬਰ, ਉਹਦੇ ਵਿੱਚ ਜਿਹੜੇ ਡਿਸਟ੍ਰਿਕਟ ਟਰਾਂਸਪੋਰਟ ਆਫਿਸਰ ਸੀਗੇ ਅਤੇ ਜਿਹੜੇ ਡਿਪਟੀ ਕਮਿਸ਼ਨਰ ਸੀਗੇ, ਇਹਨਾਂ ਨੇ ਬਹੁਤ ਮਾੜਾ ਰੋਲ ਪਲੇ ਕੀਤਾ। ਇਹਨਾਂ ਨੇ ਸਾਨੂੰ ਬੱਸਾਂ ਨਹੀਂ ਦਿੱਤੀਆਂ, ਜਿਨ੍ਹਾਂ ਨੂੰ ਬੱਸਾਂ ਦਿੱਤੀਆਂ ਉਹਨਾਂ ਦੇ ਚਲਾਨ ਕਰ ਲਏ, ਪਰ ਉਹਨਾਂ ਨੂੰ ਅਸੀਂ ਸ਼ੋਅ ਕੌਜ਼ ਨੋਟਿਸ ਕਰਨ ਦੱਸਣ ਨੋਟਿਸ ਦੇਤਾ ਕਿ ਤੁਸੀਂ ਵਜ੍ਹਾ ਬਿਆਨ ਕਰੋ ਕਿ ਤੁਹਾਡੇ ਖਿਲਾਫ ਅਗਾਂਹ ਨੂੰ ਕਾਨੂੰਨੀ ਕਾਰਵਾਈ ਕਿਉਂ ਨਾ ਕੀਤੀ ਜਾਏ। ਕਿ ਬਾਦਲ ਅਤੇ ਅਮਰਿੰਦਰ ਦੇ ਇਕੱਠ ਦੇ ਵਿੱਚ ਤਾਂ ਤੁਸੀਂ ਬੱਸਾਂ ਰੋਕੀਆਂ ਨਹੀਂ ਅਤੇ ਸਾਡੇ ਇਕੱਠ ਦੇ ਵਿੱਚ ਕਿਉਂ? ਹਾਂ, ਇਹ ਇਹਨਾਂ ਦੀ ਜਵਾਬ ਤਲਬੀ ਹੋਊਗੀ ਜੀ। ਹਾਂ ਮਨ ਸਾਹਿਬ, ਇੱਕ ਗੱਲ ਮੈਂ ਰੋਕਣ ਲੱਗਾ, ਗੱਲ ਚੱਲੀ ਸੀ ਜਥੇਦਾਰਾਂ ਦੀ, ਤੁਸੀਂ ਦੱਸਿਆ ਵੀ ਸਾਡੇ ਜਥੇਦਾਰ ਅੰਦਰ ਨੇ, ਪਰ ਕੁਛ ਲੋਕਾਂ ਦਾ ਕਹਿਣਾ ਹੈ, ਲੋਕਾਂ ਦਾ ਕਹਿਣਾ, ਉਹ ਕਹਿੰਦੇ ਨੇ ਕਿ ਪਹਿਲਾਂ ਜਿਹੜੇ ਜਥੇਦਾਰ ਨੇ ਉਹ ਬਾਦਲ ਦੀ ਜੇਬ ਦੇ ਵਿੱਚੋਂ ਨਿਕਲਦੇ ਸਨ, ਹੁਣ ਮਾਨ ਸਾਹਿਬ ਦੀ ਜੇਬ ਦੇ ਵਿੱਚੋਂ ਨਿਕਲਦੇ ਨੇ। ਪਬਲਿਕ ਓਪੀਨੀਅਨ ਨਹੀਂ ਲਿਆ ਗਿਆ? ਨਹੀਂ, ਪਬਲਿਕ ਓਪੀਨੀਅਨ ਤਾਂ ਨਹੀਂ ਲਿਆ ਗਿਆ, ਕਿਉਂ ਕਰਕੇ ਜੇ ਉਹ ਅਸੀਂ ਕੱਢ ਦਿੰਦੇ ਕਮੇਟੀ ਵਾਲੇ ਤਾਂ ਫਿਰ ਸਾਡਾ ਹੋਣ ਹੀ ਨਹੀਂ ਸੀ ਦੇਣਾ ਉੱਥੇ ਸਰਬੱਤ ਖਾਲਸਾ, ਕਿਉਂ ਕਰਕੇ ਜਿਹੜੇ ਅਸੀਂ ਪੁਰਾਣੇ ਮੌਜੂਦ ਜਿਹੜੇ ਜਥੇਦਾਰ ਹੈ ਉਹਨਾਂ ਨੂੰ ਅਸੀਂ ਬਰਖਾਸਤ ਕੀਤਾ ਅਤੇ ਨਵੇਂ ਜਥੇਦਾਰ ਭਾਈ ਧਿਆਨ ਸਿੰਘ ਮੰਡ, ਹਵਾੜਾ ਸਾਹਿਬ, ਢੱਡਰੀਆਂ ਵਾਲਾ ਦਾਦੂਵਾਲ ਸਾਹਿਬ ਅਤੇ ਅਜਨਾਲਾ ਸਾਹਿਬ ਜਿਹੜੇ ਬਣਾਤੇ ਹੈ, ਉਹਦੇ ਲਈ ਥੋੜ੍ਹੀ ਜਿਹੀ ਖਮੋਸ਼ੀ ਰੱਖਣੀ ਪੈਂਦੀ ਸੀਗੀ। ਪਰ ਜਦੋਂ ਅਸੀਂ ਅਨਾਊਂਸਮੈਂਟ ਕੀਤਾ ਅਤੇ ਤੁਸੀਂ ਆਪ ਦੇਖਿਆ ਕਿ ਲੋਕ ਤਾਂ ਭੁੜਕਣ ਲੱਗ ਪਏ ਸੀਗੇ, 5 ਮਿੰਟ ਭੁੜਕਣ ਨਹੀਂ ਹਟੇ, ਨਾਅਰੇ ਵੱਜ ਰਹੇ ਸੀ। ਪਰ ਫਿਰ ਜਦੋਂ ਪੰਥ ਦੀ ਮਨਜ਼ੂਰੀ ਮਿਲ ਗਈ ਤਾਂ ਫਿਰ ਇਸ ਤਰ੍ਹਾਂ ਤਾਂ ਨਹੀਂ ਨਾ ਕਹਿਣਾ? ਨਹੀਂ, ਐਸਾ ਨਹੀਂ ਹੈ। ਦੇਖੋ ਮਾਨ ਸਾਹਿਬ, ਇਸ ਤਰ੍ਹਾਂ ਹੁੰਦਾ ਆ, ਇੱਕ ਹੁੰਦਾ ਕਿ ਅਸੀਂ ਤਿਆਰ ਕਰਕੇ ਕੌਮ ਦੇ ਅੱਗੇ ਕਰ ਦਿੱਤੇ, ਇੱਕ ਹੁੰਦਾ ਕੌਮ ਦੀ ਰਾਏ ਲੈਣਾ ਵੀ ਆਹ ਚਿਹਰੇ ਅਸੀਂ ਤਿਆਰ ਕਰ ਰਹੇ ਹਾਂ ਅਤੇ ਲੋਕ ਆਪੋ ਆਪਣੀ ਰਾਏ ਦੇਣ। ਕਿਉਂਕਿ ਦੇਖੋ ਕਿਸੇ ਵੇਲੇ ਹੁੰਦਾ ਸੀ ਵੀ ਕਿਸੇ ਸੰਸਥਾ ਦਾ ਇੱਕ ਬੰਦਾ ਜਾ ਕੇ ਆਪਣੀ ਰਾਏ ਦਿੰਦਾ ਸੀ, ਹੁਣ ਤਾਂ ਵਟਸਐਪ 'ਤੇ ਆਪਣਾ ਪੇਸ਼ ਕੀਤਾ ਜਾ ਸਕਦਾ, ਫੇਸਬੁੱਕ 'ਤੇ, ਮੇਲ ਦੇ ਰਾਹੀਂ। ਹੁਣ ਤਾਂ ਸਾਡੇ ਕੋਲ ਇੰਨੇ ਜ਼ਰੀਏ ਨੇ, ਇਹ ਆਵਾਜ਼ ਤੁਸੀਂ 4 ਦਿਨ ਪਹਿਲਾਂ ਕਿਉਂ ਨਹੀਂ ਬੁਲੰਦ ਕੀਤੀ, ਮੌਕੇ ਦੇ ਉੱਪਰ ਕਿਉਂ ਕੀਤੀ? ਇਹ ਤਾਂ ਜਥੇਦਾਰ ਤੁਸੀਂ ਤਿਆਰ ਕਰਕੇ ਲੋਕਾਂ ਨੂੰ ਦਿੱਤੇ ਆ ਨਾ। ਸਰ ਸਾਹਿਬ, ਤੁਸੀਂ ਇਹ ਜ਼ਰੂਰ ਜਾਣਦੇ ਹੋਵੋਗੇ ਕਿ ਸਿੱਖ ਕੌਮ ਅੱਜ ਹਿੰਦੁੱਤਵਾ ਦੇ ਹੇਠ ਗੁਲਾਮ ਹੈ ਜੀ। ਜੇ ਅਸੀਂ ਕੋਈ ਵੀ ਸੂਹ ਦੇ ਦਿੰਦੇ ਪਹਿਲਾਂ ਤਾਂ ਇਹਨਾਂ ਨੇ ਬਹੁਤ ਬਰਬਾਦੀ ਕਰਨੀ ਸੀਗੀ ਅਤੇ ਬਿਲਕੁਲ ਰੁਕਾਵਟਾਂ ਇੰਨੀਆਂ ਤਕੜੀਆਂ ਲਾ ਦੇਣੀਆਂ ਸੀ। ਕਿਸ ਤਰ੍ਹਾਂ ਦੀ ਬਰਬਾਦੀ ਕਰਨੀ ਸੀ? ਇਹਨਾਂ ਨੇ ਆਉਣੀ ਨਹੀਂ ਸੀ ਦੇਣਾ ਉੱਥੇ, ਹੁਣ ਵੀ ਰੁਕਾਵਟਾਂ ਪਈਆਂ ਸੀ ਨਾ? ਪਈਆਂ ਸੀ, ਪਰ ਲੋਕਾਂ ਦਾ ਦ੍ਰਿੜ ਇਰਾਦਾ ਸੀਗਾ ਕਿ ਅਸੀਂ ਪਹੁੰਚੀਏ। ਲੋਕਾਂ ਦਾ ਦ੍ਰਿੜ ਇਰਾਦਾ ਸੀ, ਤੁਹਾਡੇ ਅਨਾਊਂਸਮੈਂਟ ਕਰਨ ਤੋਂ ਬਾਅਦ ਵੀ ਲੋਕੀ ਦ੍ਰਿੜ ਇਰਾਦਾ ਲੈ ਕੇ ਆ ਜਾਂਦੇ? ਹਾਂ, ਫਿਰ ਸਾਨੂੰ ਨਹੀਂ ਸੀ ਨਾ ਪਤਾ ਕਿ ਇੰਨਾ ਇਹ ਇਕੱਠ ਹੋ ਜਾਊਗਾ। ਸਾਨੂੰ ਤਾਂ ਪ੍ਰੀਪਰੇਸ਼ਨ ਉਸੇ ਤਰ੍ਹਾਂ ਬਣਾਉਣੀਆਂ ਪੈਂਦੀਆਂ ਸੀਗੀਆਂ ਕਿ ਜਿਵੇਂ ਅਸੀਂ ਗੁਲਾਮ ਹੈ ਅਤੇ ਜਬਰ ਸਾਡੇ ਉੱਤੇ ਹੋ ਰਿਹਾ ਅਤੇ ਅਸੀਂ ਜੇ ਮੂੰਹ 'ਚੋਂ ਕੋਈ ਗੱਲ ਕੱਢਤੀ ਅਤੇ ਹਕੂਮਤ ਨੇ, ਬਾਦਲ ਬੀਜੇਪੀ ਅਤੇ ਸੈਂਟਰ ਨੇ ਅਤੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਜਿਹੜਾ ਪਸੰਦ ਨਹੀਂ ਕਰਦੀ ਸਿੱਖਾਂ ਨੂੰ, ਉਹਨਾਂ ਨੇ ਤਾਂ ਸਾਰੇ ਇਕੱਠੇ ਹੋ ਕੇ ਸਾਡੀ ਬਰਬਾਦੀ ਕਰ ਦੇਣੀ ਸੀਗੀ। ਮਾਨ ਸਾਹਿਬ, ਹੁਣ ਵੀ ਤਾਂ ਪਤਾ ਸੀ ਸਰਬੱਤ ਖਾਲਸਾ ਹੋ ਰਿਹਾ, ਹੁਣ ਵੀ ਤਾਂ ਰੁਕਾਵਟਾਂ ਪਈਆਂ ਸੀ, ਇਸ ਤੋਂ ਉੱਤੇ ਕੀ ਹੋ ਜਾਂਦੀਆਂ? ਤੁਹਾਨੂੰ ਪਤਾ ਕਿ ਸਾਡੇ ਉੱਤੇ ਜਬਰ ਹੈ ਜੀ, ਅਤੇ ਜੇ ਅਸੀਂ ਇਹ ਸੂਹ ਦੇ ਦਿੰਦੇ ਕਿ ਫਲਾਣੇ ਫਲਾਣੇ ਜਥੇਦਾਰ ਅਸੀਂ ਨਿਯੁਕਤ ਕੀਤੇ ਹੈ ਤਾਂ ਉਹਨਾਂ ਨੂੰ ਪਹਿਲਾਂ ਹੀ ਗ੍ਰਿਫਤਾਰ ਕਰ ਦੇਣਾ ਸੀਗਾ, ਜਿਹੜਾ ਇਹਨਾਂ ਨੇ ਹੁਣ ਅਜੇ ਤੱਕ ਗ੍ਰਿਫਤਾਰ ਕਰਕੇ ਜੇਲ੍ਹਾਂ ਦੇ ਵਿੱਚ ਰੱਖੇ ਹੋਏ ਹੈ। ਪਰ ਮੇਰਾ ਮਤਲਬ ਹੈ ਕਿ ਕੋਈ ਨਾ ਕੋਈ ਤਾਂ ਇਹ ਇੱਧਰ ਦੀ ਉੱਧਰ ਦੀ ਗੱਲ ਕਰਨੀ ਪੈਂਦੀ ਆਪਣੇ ਆਪ ਨੂੰ ਬਚਾਉਣ ਦੀ, ਤਾਂ ਅਸੀਂ ਦਾਤਾ ਬਥੇਰਾ ਸੋਹਣਾ ਖੇਡ ਲਿਆ ਅਤੇ ਉਹ ਲਾਗੂ ਹੋ ਗਿਆ। ਦਾ ਭੇਜ ਤਾਂ ਸਾਨੂੰ ਆਉਂਦੇ ਆ ਨਾ, ਬੇਸ਼ੱਕ ਤੁਸੀਂ ਕਹੋ ਕਿ ਤੂੰ ਤਾਂ ਸੱਚਾ ਬਹੁਤ ਹੈ, ਤੂੰ ਤਾਂ ਹਮੇਸ਼ਾ ਝੂਠ ਨਹੀਂ ਬੋਲਦਾ, ਪਰ ਜਿੱਥੋਂ ਤੱਕ ਕੌਮ ਦਾ ਸਵਾਲ ਹੁੰਦਾ ਉੱਥੇ ਮੈਂ ਥੋੜ੍ਹਾ ਬਹੁਤਾ ਝੂਠ ਅਤੇ ਦਾ ਮਾਰ ਲੈਂਦਾ, ਪਰ ਆਪਣੀ ਨਿੱਜੀ ਤੌਰ ਦੇ ਉੱਤੇ ਨਹੀਂ ਮੈਂ ਕਦੇ ਝੂਠ ਬੋਲਿਆ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਸਰਬੱਤ ਖਾਲਸਾ ਨੂੰ ਲੈ ਕੇ ਅਨੇਕਾਂ ਸਵਾਲਾਂ ਦਾ ਸਾਹਮਣਾ ਅਸੀਂ ਲੋਕ ਕਰ ਰਹੇ ਸਾਂ। ਮੈਂ ਮਾਨ ਸਾਹਿਬ ਤੋਂ ਇੱਕ ਸਵਾਲ ਕੀਤਾ ਸੀ ਕਿ ਪਹਿਲਾਂ ਜਥੇਦਾਰ ਜਿਹੜੇ ਨੇ ਉਹ ਬਾਦਲ ਦੀ ਜੇਬ ਵਿੱਚੋਂ ਨਿਕਲਦੇ ਸਨ, ਹੁਣ ਲੱਗਦਾ ਕਿ ਤੁਹਾਡੀ ਜੇਬ ਦੇ ਵਿੱਚੋਂ ਨਿਕਲੇ ਨੇ, ਇਹ ਲੋਕਾਂ ਦਾ ਕਹਿਣਾ? ਅਤੇ ਮਾਨ ਸਾਹਿਬ ਨੇ ਦੱਸਿਆ ਕਿ ਜਥੇਦਾਰ ਅਨਾਊਂਸ ਅਸੀਂ ਤਾਂ ਨਹੀਂ ਕੀਤੇ
कि हुण जथेदार बनन तो बाद इन्हां नूं पकड़ के जेलां दे विच डक दित्ता गया है। जे ये नाम असी पहला अनाउंस कर देंदे तो साडे जथेदारां नूं घरां दे विचों या सड़कां तो पहले ही चक लैणा सी ते कौम नूं जवाब देना साडे लई औखा हो जाणा सी। आओ मान साहब नूं हुण पुछदे आं कि हुण जिहड़े जथेदार तुसीं बनाए ने इन्हां नूं छुड़ाउण दे लई तुसीं की उपराला करदे हो? मान साहब जिहड़े हुण जथेदार बने ने इन्हां नूं छुड़ाउण दे लई तुसीं की उदम कीता, की उपराला कीता? असी अमन पसंद तरीके दे नाल जी यह बरगाड़ी दे विच 15 तरीक नूं इस महीने दे नूं बहुत वड्डी कॉन्फ्रेंस कीती सीगी जी। ते रोज़ असी उन जथेदार जिथे जिथे बंद ने जेलां दे विच उन्हां दे बाहर जेलां दे धरने लाउंदे रहे हैं। कल आखिरी दिन सीगा, अज साडी मीटिंग फिर हो रही है कि अगला प्रोग्राम की देना है। वह 27 तरीक नूं दिता जाऊगा फतेहगढ़ साहब श्रोमणी अकाली दल अमृतसर ते सरबत खालसे दे मंच ते असी सारा अपना प्रोग्राम दे दांगे। जिहड़े जथेदार साडे हुण गिरफ्तार कीते होए ने इन्हां दी तुसीं मुलाकात करके आए हो? नहीं, मैनूं लाउड नहीं। वह कहिंदे आ कि सिर्फ फैमिलीज़ मिल सकदी है। बहुत सख्ती बादल ने कीती है, जदके जदों मैं मैंबर पार्लीमेंट सीगा बादल ते उहदे जथेदार नूं अमरिंदर ने अंदर दित्ता सीगा। मैं अचेचा संगरूर दा MP होण दे नाते जेल दे विच गया सी, उन्हां नूं मैं पुछया सी कि तुहाडी मुश्किलात की है। किसी नूं दवाइयां नहीं सी, किसी कोल कंबल नहीं सी, किसी नूं रोटी नहीं सी, उह सारी मैं ताड़ना करके ठीक करके आया। असी मनुखी अधिकार जिथे हुंदे है उत्थे असी पहुँचदे हैं, ते साडी पार्टी ने पटियाला जेल दे विच जिथे सुखबीर सिंह नूं फड़िया होया सीगा उत्थे साडी पार्टी दे जथेदार उस नूं कोको कोला भी पहुँचाउंदे सीगे, जो करके ओह जेल दा पाणी पींदा नहीं। दुनिया दे सामने की है कि जदों ओह अंदर हो जांदे तुसीं कोका कोला पहुँचाउंदे हो, जदों तुसीं अंदर हो जांदे ओह कोका कोला पहुँचाउंदे ने, ते साडी फिर दुनिया दे सामने असीं की पेश करना चाहुंदे आ? इह ते भाईचारा असीं अंदर खाते किते ना किते चला रहे हां, लड़ा के लोकां दे पुत मरवा ते। साडे लई तां नहीं उन्हां ने कुछ कीता, असीं तां भाई कन्हैया वर्गन अपनी ड्यूटी दिंदे आ कि साडे सिख भरावां नूं कोई इहो जी। चलो हुण तुहाडे जिहड़े जथेदार जां समुची कौम दे जथेदार जिहड़े तुसीं थापे ने, कि इहनां नूं वी हुण कोका कोला अंदर दित्ता जा रिहा? नहीं नहीं, इह मंगदे नहीं जी, इह तां बड़े कड़े जथेदार है, इह तां ठुड मारनगे कोके नूं। मेरा मतलब है कि मन साहब तों, दादूवाल साहब तों, फिर उन्हां तों हवाड़ा साहब तों तां आपां एक्सपैक्ट नहीं कर सकदे, जनाला साहब तों कि ओह कोके कोले। मन साहब जथेदार ते अपने कोल अजे तक छुड़वाए नहीं गए, उन्हां दी मुलाकात ते साडे कोल हो नहीं सकी, ते जिहड़ा 13 मते ने इह कदों लागू करवावांगे? ਜਦੋਂ ਸਾਨੂੰ ਪੰਥ ਫਿਰ ਹੁਕਮ ਦੇਊਗੀ ਉਦੋਂ ਬਾਅਦ ਫਿਰ ਸ਼ੁਰੂ ਹੋ ਜੂਗਾ ਇਹਨਾਂ ਦਾ ਛੁਡਵਾਉਣ ਦੇ ਲਈ ਯਤਨ, ਪੂਰੇ ਹੋਰ ਤਕੜੇ ਕੀਤੇ ਜਾਣਗੇ। ਅਤੇ ਤੁਹਾਨੂੰ ਕੀ ਲੱਗਦਾ ਵੀ ਹੁਣ ਪੰਥ ਦੁਬਾਰਾ ਮੌਕਾ ਦਊਗਾ ਤੁਹਾਨੂੰ ਏਡਾ ਵੱਡਾ ਇਕੱਠ ਕਰਨ ਦਾ? ਬਿਲਕੁਲ ਦੇਊਗਾ, ਕਿਉਂ ਨਹੀਂ ਦੇਊਗਾ? ਇਹ ਬਰਗਾੜੀ ਨਹੀਂ ਹੋਇਆ ਸੀਗਾ, ਛੋਟੇ ਜਿਹੇ 5 ਦਿਨਾਂ ਦੀ ਤਿਆਰੀ ਦੇ ਵਿੱਚ 30,000 ਦਾ ਇਕੱਠ ਹੋ ਗਿਆ 15 ਤਰੀਕ ਨੂੰ। ਅਤੇ ਜਿਹੜੇ ਕਾਂਗਰਸੀ ਸੀਗੇ ਉਹਨਾਂ ਨੇ ਤਾਂ ਖਰੀਦ ਖਰੂਦ ਕੇ ਬੰਦੇ ਲੈ ਕੇ ਆਉਂਦੇ ਆ, ਪਰ ਇੱਥੇ ਤਾਂ ਬਰਗਾੜੀ ਦੇ ਵਿੱਚ ਤਾਂ 15 ਤਰੀਕ ਇਹ ਪਿਓਰ ਖਾਲਸੇ ਦਾ ਇਕੱਠ ਸੀਗਾ, 30,000 ਸੀ, ਅਤੇ 30,000 ਪਿਓਰ ਬੰਦੇ ਅਮਰਿੰਦਰ ਦੀ ਜਾਂ ਬਾਦਲ ਦੀ ਜਿਹੜੀ ਰੈਲੀ ਹੋਈ ਉਹਦੇ ਵਿੱਚ ਪਹੁੰਚ ਸਕੇ ਹੈ? ਨਹੀਂ। ਪਿਓਰ ਕਿਹਨੂੰ ਮੰਨਦੇ ਹੋ? ਜਿਹੜੇ ਸਿੰਘ ਹੁੰਦੇ ਆ ਜਿਹੜੇ ਇਹ ਟੱਪ ਕੇ ਆਉਂਦੇ ਆ, ਇਹ ਜਿੰਨੀ ਵੀ ਬੰਦਿਸ਼ਕਾਂ ਲੱਗੀਆਂ ਹੋਣ ਉਹਨਾਂ ਨੂੰ ਪਾਰ ਕਰਕੇ ਆਉਂਦੇ ਆ, ਸਾਈਕਲਾਂ 'ਤੇ ਆਏ ਆ, ਮੋਟਰਸਾਈਕਲਾਂ 'ਤੇ ਆਏ ਹੈ, ਗੱਡੀਆਂ 'ਤੇ ਆਏ ਹੈ, ਕੋਈ ਖਾਲਾ ਜੀ ਤਾਂ ਵਾੜਾ ਤਾਂ ਨਹੀਂ ਹੈ। ਸਰਕਾਰ ਦੇ ਖਿਲਾਫ ਇਕੱਠ ਕਰ ਦੇਣਾ ਅਤੇ ਤਾਂ ਵੀ ਇਹ ਸੁਰਖੀਆਂ 'ਚ ਹੋਣਾ ਕਿ ਇਹ ਅਕਾਲੀ ਦਲ ਅੰਮ੍ਰਿਤਸਰ ਅਤੇ ਸਰਬੱਤ ਖਾਲਸਾ ਦੀ ਪਾਰਟੀ ਨੇ ਐਡਾ ਵੱਡਾ ਇਕੱਠ ਕਰ ਲਿਆ। ਪਰ ਲੋਕ ਫਿਰ ਸਰਬੱਤ ਖਾਲਸਾ ਦੇ ਵਿੱਚੋਂ ਨਿਰਾਸ਼ ਕਿਉਂ ਮੁੜੇ ਨੇ? ਨਿਰਾਸ਼ ਹੋ ਰਹੀ ਸੀ, ਲੋਕੀ ਬੜੀ ਮਜ਼ਬੂਰੀਆਂ ਦੇ ਵਿੱਚ ਆਪਣੇ ਕੰਮ ਧੰਦੇ ਛੱਡ ਕੇ, ਆਪਣੀਆਂ ਫਸਲਾਂ ਛੱਡ ਕੇ ਲੋਕ ਉੱਥੇ ਪਹੁੰਚੇ ਨੇ। ਦੇਖੋ, ਅਸੀਂ ਸਾਡੇ ਕੋਲ ਪਾਵਰ ਹੈ ਨੀ ਗੀ, ਅਸੀਂ ਤਾਂ ਅਖਲਾਕੀ ਤੌਰ ਤੇ ਉੱਤੇ ਗੱਲ ਕਰ ਸਕਦੇ ਹਾਂ, ਦੱਸ ਸਕਦੇ ਹਾਂ ਕਿ ਅਸੀਂ ਇਹ ਕਰਾਂਗੇ। ਸਾਡੇ ਕੋਲ ਕਿਹੜੀ ਪਾਵਰ, ਐਗਜ਼ੈਕਟਿਵ ਪਾਵਰ ਕੀ ਅਸੀਂ ਉਹਨਾਂ ਨੂੰ ਲਾ ਕੇ ਰੱਖ ਦਈਏ? ਪਰ ਮੌਕਾ ਜ਼ਰੂਰ ਆਊਗਾ, ਜਿਵੇਂ ਈਰਾਨ ਦੇ ਵਿੱਚ ਆਇਆ ਸੀ ਉਹ ਖੁਮੇਨੀ, ਉਹਨਾਂ ਦਾ ਲੀਡਰ ਪੈਰਿਸ ਦੇ ਵਿੱਚ ਬੈਠ ਕੇ ਇਸ ਐਜੀਟੇਸ਼ਨ ਨੂੰ ਚਲਾ ਰਿਹਾ ਸੀਗਾ,
ਅਤੇ ਉੱਥੋਂ ਦਾ ਬਾਦਸ਼ਾਹ ਜਿਹਨੂੰ ਸ਼ਾਹ ਕਹਿੰਦੇ ਸੀਗੇ ਉਹਨੂੰ ਲਾ ਕੇ ਧਰਿਆ। ਲੋਕਾਂ ਦੇ ਕੋਲ ਬਹੁਤ ਭਾਰੀ ਸ਼ਕਤੀ ਹੈ ਪਰ ਅਜੇ ਡਰੇ ਹੋਏ ਆ। ਜੇ ਸੰਤ ਮਹਾਤਮਾ ਹੀ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਸੱਚਖੰਡ 'ਚ ਜਾਣਾ ਹੈ ਉਹ ਹੀ ਬਾਬਰ ਅਤੇ ਜਾਬਰ ਤੋਂ ਡਰੀ ਜਾਂਦੇ ਹੈ ਤਾਂ ਫਿਰ ਤੁਸੀਂ ਆਮ ਆਦਮੀ ਦਾ ਤਾਂ ਦੇਖ ਲਓ ਕਿ ਇਹ ਮੇਰਾ ਹਾਲ ਹੁੰਦਾ ਹੈ ਨਾ। ਮੈਨੂੰ ਵੀ ਫੜ ਕੇ ਲੈ ਗਏ ਸੀਗੇ 11 ਤਰੀਕ ਨੂੰ, ਮੇਰੇ ਮੰਜੇ 'ਚੋਂ ਬਾਹਰ ਕੱਢ ਲਿਆ ਸਵੇਰੇ 3 ਵਜੇ, ਚੱਕ ਕੇ ਲੈ ਗਏ, ਨਾ ਮੈਨੂੰ ਸਾਫਾ ਪਹਿਨਣ ਦਿੱਤਾ ਅਤੇ ਥੱਲੇ ਆਪਣੀ ਗੱਡੀ 'ਚ ਲੈ ਗਏ ਚੱਕ ਕੇ ਮੇਰੇ ਘਰ ਦੇ ਵਿੱਚੋਂ ਅੰਮ੍ਰਿਤਸਰ। ਨਾ ਉਹਨਾਂ ਦੇ ਕੋਲ ਅਰੈਸਟ ਵਾਰੰਟ ਸੀਗੇ ਅਤੇ ਮੈਨੂੰ ਅਗਵਾਹ ਕੀਤਾ ਗਿਆ ਜਿਹੜਾ 364 ਬਣਦੀ ਹੈ। ਤਾਂ ਮੇਰਾ ਮਤਲਬ ਹੈ ਕਿ ਮੈਨੂੰ ਤਾਂ ਕਤਲ ਵੀ ਕਰ ਸਕਦੇ ਸੀਗੇ ਜੇ ਇਹ ਡੈਡ ਆਫ ਨਾਈਟ ਆ ਕੇ ਮੈਨੂੰ ਚੱਕ ਲੈਂਦੇ ਹੈ। ਇਸੇ ਤਰ੍ਹਾਂ ਹੀ ਇਹ ਸਾਰੇ ਵੱਡੇ ਵੱਡੇ ਲੀਡਰਸ ਨੂੰ ਇਹਨਾਂ ਨੇ ਕਤਲ ਕੀਤਾ ਹੈਗਾ ਅਤੇ ਉਹ ਜਿਹੜਾ ਹੈਗਾ ਕੈਟ ਪਿੰਕੀ ਦਾ ਕੈਟ ਉਹਨੇ ਹੁਣ ਸਾਰਾ ਤਾਂ ਇਨਕਸ਼ਾਫ ਕਰਤਾ ਕਿ ਕਿਹੜੇ ਕਿਹੜੇ ਬੰਦੇ ਨੇ ਕੀਤਾ ਅਤੇ ਸਰ ਅਮਰਿੰਦਰ ਸਿੰਘ ਕਹਿੰਦੇ ਆ ਕਿ ਸੈਨੀ ਨੂੰ ਹਟਾਓ ਪਰ ਅਮਰਿੰਦਰ ਸਿੰਘ ਇਹ ਕਿਉਂ ਨਹੀਂ ਕਹਿੰਦੇ ਕਿ ਇਹ ਸ਼ੁਰੂ ਤਾਂ ਰਬੇਰੋ ਤੋਂ ਹੋਇਆ ਸੀ, KPS ਗਿੱਲ ਤੋਂ ਹੋਇਆ ਸੀਗਾ, SS ਵਿਰਕ ਤੋਂ ਹੋਇਆ ਸੀਗਾ, ਫਿਰ ਜਾ ਕੇ ਸੈਣੀ ਆਇਆ। ਇਹ ਸਾਰੇ ਜਿੰਨੇ DGP ਸੀ ਇਹਨਾਂ ਨੇ ਸਾਡੇ ਉੱਤੇ ਬਹੁਤ ਕਤਲੇਆਮ ਕੀਤੀ ਹੈ ਪਰ ਅਮਰਿੰਦਰ ਸਿੰਘ ਜੇ ਕਹਿੰਦਾ ਕਿ ਮੈਂ ਚੀਫ ਮਿਨਿਸਟਰ ਬਣਨਾ ਫਿਰ ਉਹਨਾਂ ਨੂੰ ਦੇਖਣਾ ਪਊਗਾ ਕਿ ਸਾਰੇ ਜਿਹੜੇ ਜ਼ਾਲਮ ਹੈ ਉਹਨਾਂ ਦਾ ਨਾਂ ਲੈਣ, ਨਾ ਕਿ ਸਿਰਫ ਸੈਣੀ ਦਾ। ਕਿਉਂ ਕਰਕੇ ਅਸੀਂ ਚਾਹੁੰਦੇ ਹਾਂ ਇੰਟਰਨੈਸ਼ਨਲ ਕਾਨੂੰਨ ਦੇ ਮੁਤਾਬਕ, ਇੰਡੀਆ ਦੇ ਕਾਨੂੰਨ ਦੇ ਮੁਤਾਬਕ ਕਿ ਕਾਨੂੰਨ ਦੇ ਅੱਗੇ ਸਾਰੇ ਬਰਾਬਰ ਹੈ। ਨਹੀਂ ਮਾਨ ਸਾਹਿਬ, ਆਪਾਂ ਸਰਬੱਤ ਖਾਲਸੇ ਦੇ ਇਰਦ ਗਿਰਦ ਘੁੰਮੀਏ। ਤੁਸੀਂ ਗੱਲ ਕੀਤੀ ਗਿੱਲ ਦੀ, ਤੁਸੀਂ ਗੱਲ ਕੀਤੀ ਬਰਾੜ ਦੀ, ਉਹ ਤਾਂ ਸਰਬੱਤ ਖਾਲਸੇ ਦੇ ਮੁੱਦੇ ਵਿੱਚ ਵੀ ਤੁਸੀਂ ਗੱਲ ਕੀਤੀ ਸੀ ਕਿ 19 ਤਰੀਕ ਨੂੰ ਇਹ ਸਾਡੇ ਕੋਲ ਹਾਜ਼ਰ ਹੋਣ, ਹੋਇਆ ਕੋਈ ਵੀ ਨਹੀਂ, ਆਪਣੇ ਮੁੱਦੇ ਸਿਰੇ ਨਹੀਂ ਲੱਗਦੇ ਪਏ, ਇਕੱਠ ਵਿੱਚ ਲੋਕੀ ਨਿਰਾਸ਼ ਚਲੇ ਗਏ, ਜਥੇਦਾਰ ਇਹ ਤੁਹਾਡੀ ਗੱਲ ਗਲਤ ਹੈ ਜੀ, ਇਹ ਤੁਹਾਡੀ ਬਿਲਕੁਲ। ਅਗਲਾ ਸਰਬੱਤ ਖਾਲਸਾ ਕਿਵੇਂ ਏਡਾ ਵੱਡਾ ਇਕੱਠ ਹੋ ਜਾਏਗਾ? ਫਿਰ ਦੇਖ ਲਿਓ ਹੁਣ ਉਦਣ ਇਹ ਵਿਸਾਖੀ ਵਾਲੇ ਦਿਨ ਦੇਖ ਲਿਓ ਕਿਹੜਾ ਬੰਦਾ ਨਿਰਾਸ਼ ਹੋਇਆ, ਕੋਈ ਵੀ ਨਹੀਂ। ਬੜੇ ਖੁਸ਼ ਹੈ ਲੋਕੀ ਕਿ ਚੰਗੇ ਮਤੇ ਪਾਸ ਕਰਤੇ ਆ ਇਹ ਗਿੱਲ ਨੂੰ। ਲੋਕ ਖੁਸ਼ ਹੁੰਦੇ ਤੇ ਮੰਡ ਸਾਹਿਬ ਨੇ ਜਿਵੇਂ ਬੰਦ ਦਾ ਐਲਾਨ ਕੀਤਾ ਸੀ ਵੀ 19 ਤਰੀਕ ਨੂੰ ਪੰਜਾਬ ਬੰਦ ਹੋਵੇਗਾ, ਦੁਕਾਨ ਤੇ ਇੱਕ ਵੀ ਬੰਦ ਨਹੀਂ ਹੋਈ, ਲੋਕੀ ਖੁਸ਼ ਹੁੰਦੇ ਤੇ ਦੁਕਾਨਾਂ ਬੰਦ ਕਰਕੇ ਬੈਠ ਜਾਂਦੇ। ਸਾਹਿਬ ਇਹ ਯਾਦ ਰੱਖੋ, ਅਸੀਂ ਕਿਹਾ ਸੀ ਬਾਜ਼ਾਰਾਂ ਦੇ ਵਿੱਚ ਨਹੀਂ ਆਪਾਂ ਨੇ ਕਰਨਾ, ਅਸੀਂ ਰੋਡਾਂ ਦੇ ਉੱਤੇ ਕਰਨਾ, ਉਹਦੇ ਉੱਤੇ ਹੋਏ ਹੈ। ਅਸੀਂ ਕਿਹਾ ਸੀਗਾ ਦੀਵਾਲੀ ਵਾਲੇ ਦਿਨ ਅਸੀਂ ਕਾਲੀ ਦੀਵਾਲੀ ਮਨਾਉਣ ਦਾ ਐਲਾਨ ਕੀਤਾ, ਨਹੀਂ ਕੁਛ ਵੀ ਹੋਵੇ ਪਰ ਅਸੀਂ ਸ਼ਹਿਰਾਂ ਨੂੰ ਤਾਂ ਨਹੀਂ ਕੀਤਾ ਬੰਦ, ਕਿਉਂ ਕਰਕੇ ਇਹਦੇ ਨਾਲ ਹਿੰਦੂਆਂ ਨੂੰ ਸੱਟ ਪੈਂਦੀ ਹੈ ਅਤੇ ਇਹਨਾਂ ਨੇ ਕਾਲੀ ਦੀਵਾਲੀ ਵੇਲੇ ਬਿਲਕੁਲ ਸਾਡਾ ਸਾਥ ਦੇ ਕੇ ਸਾਡੇ ਨਾਲ ਚੱਲੇ ਹੈ ਅਤੇ ਅਸੀਂ ਬਾਜ਼ਾਰ ਬਿਲਕੁਲ ਨਹੀਂ ਬੰਦ ਕਰਾਏ। ਉੱਥੇ ਤਾਂ ਰੋਡਾਂ ਕੀਤੀਆਂ ਸੀਗੀਆਂ ਅਤੇ ਤਾਂ ਵੀ ਬੜੀ ਕਾਫੀ ਸਫਲਤਾ ਹੋਈ ਹੈ, ਜਿਹੜੀ ਨਹੀਂ ਹੋਈ ਉਹ ਅੱਗੇ ਤੋਂ ਹੋ ਜੂਗੀ। ਮਾਨ ਸਾਹਿਬ, ਫਿਰ ਸਰਬੱਤ ਖਾਲਸੇ ਵਿੱਚ ਲੋਕ ਤੁਹਾਡੇ ਚਿਹਰੇ ਵੱਲ ਦੇਖਦੇ ਸਨ ਕਿ ਮਾਨ ਸਾਹਿਬ ਹੁਣ ਵੀ ਕੁਛ ਬੋਲਣਗੇ, ਹੁਣ ਵੀ ਕੁਛ ਬੋਲਣਗੇ, ਤੁਸੀਂ ਉੱਥੇ ਕਿਉਂ ਨਹੀਂ ਬੋਲੇ ਫਿਰ? ਮੈਂ ਤਾਂ ਨਹੀਂ ਬੋਲਿਆ, ਕਿਉਂ ਕਰਕੇ ਉਹ ਮਤਾ ਖਾਲਿਸਤਾਨ ਦਾ ਪਾਸ ਹੋ ਗਿਆ ਸੀਗਾ ਜਿਹੜਾ 1986 ਦੇ ਵਿੱਚ ਸਰਬੱਤ ਖਾਲਸਾ ਸੀਗਾ, ਉਹਦੇ ਸਾਰੇ ਮਤੇ ਇਸ ਸਰਬੱਤ ਖਾਲਸੇ ਦੇ ਵਿੱਚ ਆ ਗਏ ਹੈ ਅਤੇ ਫਿਰ ਉਹ ਤੋਂ ਬਾਅਦ ਮੈਂ ਤਾਂ ਖਾਲਿਸਤਾਨ ਦੀ ਗੱਲ ਕਰਨੀ ਸੀਗੀ ਅਤੇ ਮੈਂ ਤਾਂ ਨਹੀਂ ਕੀਤੀ, ਪਰ ਜਿਹੜੇ ਹੁਣ ਅਗਲਾ ਸਰਬੱਤ ਖਾਲਸਾ ਕਿਸ ਦਬਾਅ ਦੇ ਵਿੱਚ ਤੁਸੀਂ ਉਹ ਗੱਲ ਨਹੀਂ ਕੀਤੀ? ਕੀ ਤੁਹਾਡੇ 'ਤੇ ਕਿਹੜਾ ਐਸਾ ਦਬਾਅ ਸੀ ਕਿ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਜਦਕਿ ਅੱਜ ਤੱਕ ਤੁਸੀਂ ਬੇਬਾਕ ਹੋ ਕੇ ਬੋਲਦੇ ਹੋ? ਤੁਸੀਂ ਕਹਿੰਦੇ ਵੀ ਮੈਂ ਉੱਥੇ ਸੋਚਿਆ ਵੀ ਉੱਥੇ ਨਾ ਕਰਾਂ, ਇਹਦਾ ਕੀ ਕਾਰਨ ਹੈ? ਬਸ ਮੈਂ ਨਹੀਂ ਕੀਤਾ ਜੀ, ਡਰ ਮੈਨੂੰ ਕਾਹਦਾ ਹੈਗਾ ਇਹ? ਨਹੀਂ ਜੇ ਡਰ ਨਹੀਂ ਸੀ ਫਿਰ ਸਰਬੱਤ ਖਾਲਸੇ ਦੇ ਵਿੱਚ ਏਡੇ ਵੱਡੇ ਇਕੱਠ ਵਿੱਚ ਜਿਹੜਾ ਵਾਕਈ ਖਾਲਸਿਆਂ ਦਾ ਇਕੱਠ ਸੀ ਜੇ ਉੱਥੇ ਤੁਸੀਂ ਖਾਲਿਸਤਾਨ ਦੀ ਗੱਲ ਨਹੀਂ ਕੀਤੀ ਤਾਂ ਫਿਰ ਤੁਹਾਡਾ ਇੰਨੀ ਦੇਰ ਦਾ ਏਜੰਡਾ? ਮੇਰਾ ਏਜੰਡਾ ਤਾਂ ਪਾਸ ਹੋ ਗਿਆ ਸਰ ਸਾਹਿਬ, ਖਾਲਿਸਤਾਨ ਦਾ ਮਤਾ ਜਦੋਂ ਪਾਸ ਹੋ ਗਿਆ ਮੇਰਾ ਤਾਂ ਇਹ ਸਾਰਾ ਕੁਛ ਪਾਸ ਹੋ ਗਿਆ। ਮਤਲਬ ਜੇ ਖਾਲਿਸਤਾਨ ਆਪਾਂ ਬਣ ਜਾਂਦੇ, ਅਸੀਂ ਵਿਰੋਧ ਨਹੀਂ ਹੈ, ਜੇ ਖਾਲਿਸਤਾਨ ਬਣ ਜਾਂਦਾ ਕੀ ਹਰਿਮੰਦਰ ਸਾਹਿਬ ਦੇ ਦਰਸ਼ਨ ਕਰਨ ਦੇ ਲਈ ਦਿੱਲੀ ਦੇ ਸਿੱਖਾਂ ਨੂੰ ਵੀਜ਼ਾ ਲੈ ਕੇ ਆਉਣਾ ਪਊਗਾ, ਹਰਿਆਣੇ ਦੇ ਸਿੱਖਾਂ ਨੂੰ ਵੀਜ਼ਾ ਲੈ ਕੇ ਆਉਣਾ ਪਊਗਾ, ਜੰਮੂ ਕਸ਼ਮੀਰ ਦੇ ਸਿੱਖਾਂ ਨੂੰ ਵੀਜ਼ਾ ਲੈ ਕੇ ਆਉਣਾ ਪਊਗਾ, ਰਾਜਸਥਾਨ ਦੇ ਸਿੱਖਾਂ ਨੂੰ ਵੀਜ਼ਾ ਲੈ ਕੇ ਆਉਣਾ ਪਊਗਾ ਦਰਸ਼ਨ ਕਰਨ ਦੇ ਲਈ, ਫਿਰ ਉਹਨਾਂ ਦੀ ਅਰਦਾਸ ਵੀ ਚੇਂਜ ਹੋਵੇਗੀ। ਅੱਗੇ ਆਪਾਂ ਕਹਿੰਦੇ ਹਾਂ ਵੀ ਜਿਨ੍ਹਾਂ ਗੁਰਧਾਮਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਸ੍ਰੀ ਨਨਕਾਣਾ ਸਾਹਿਬ 'ਤੇ, ਫਿਰ ਹੁਣ ਹਰਿਮੰਦਰ ਸਾਹਿਬ ਦਾ ਵੀ, ਖਡੂਰ ਸਾਹਿਬ ਦਾ ਵੀ, ਗੋਇੰਦਵਾਲ ਸਾਹਿਬ ਦਾ ਵੀ, ਅਰਦਾਸਾਂ ਵੀ ਬਦਲਣਗੀਆਂ? ਨਹੀਂ ਸਰ ਸਾਹਿਬ, ਜੇ ਮੁਲਕ ਨਵਾਂ ਬਣੂਗਾ ਸਿੱਖਾਂ ਦਾ ਉਹਦੇ 'ਚ ਰਾਜਸਥਾਨ, ਹਰਿਆਣਾ, ਗੁਜਰਾਤ ਦਾ ਹਿੱਸਾ, ਜੰਮੂ ਕਸ਼ਮੀਰ ਆਉਣਗੇ, ਕਿਉਂ ਕਰਕੇ ਬਫਰ ਸਟੇਟ ਬਣੂਗੀ,
ਇਸਲਾਮਿਕ ਪਾਕਿਸਤਾਨ, ਕਮਿਊਨਿਸਟ ਚੀਨ, ਹਿੰਦੂ ਇੰਡੀਆ ਜਿਨ੍ਹਾਂ ਦੇ ਕੋਲ ਪਰਮਾਣੂ ਹਥਿਆਰ ਹੈ, ਅਤੇ ਜੇ ਇਹ ਚੱਲ ਪਏ ਸਾਡੀ ਸਿੱਖਾਂ ਦੀ ਤਾਂ ਸਿਵਲਾਈਜੇਸ਼ਨ ਬਿਲਕੁਲ ਤਬਾਹ ਹੋ ਜੂਗੀ। ਸੋ ਪਰ ਜਿਹੜੇ ਦਿੱਲੀ ਤੋਂ ਉੱਧਰ ਰਹਿੰਦੇ ਹੈ ਉਹ ਵੀ ਖਾਲਿਸਤਾਨ ਦੇ ਵਿੱਚ ਆ ਸਕਣਗੇ, ਅਸੀਂ ਇੱਥੋਂ ਹਿੰਦੂਆਂ ਨੂੰ ਨਹੀਂ ਕੱਢਣਾ, ਕਿਸੇ ਮੁਸਲਮਾਨ ਨੂੰ ਨਹੀਂ ਕੱਢਣਾ, ਇਹ ਤਾਂ ਦੇਸ਼ ਬਣ ਜੂਗਾ ਸਾਰਿਆਂ ਦੇ ਲਈ। ਮਾਨ ਸਾਹਿਬ, ਜੇ ਦੇਸ਼ ਬਣ ਜੂਗਾ, ਖਾਲਿਸਤਾਨ ਬਣ ਜੂਗਾ, ਮੈਂ ਤੁਹਾਡੇ ਨਾਲ ਸਹਿਮਤ ਹੋ ਜਾਂਦਾ ਵਾਂ, ਹਿੰਦੂ ਨਹੀਂ ਕੱਢਣਾ, ਮੁਸਲਮਾਨ ਨਹੀਂ ਕੱਢਣਾ, ਈਸਾਈ ਨਹੀਂ ਕੱਢਣਾ, ਬੋਧੀ ਨਹੀਂ ਕੱਢਣਾ, ਜੈਨੀ ਨਹੀਂ ਕੱਢਣਾ, ਕਿਸੇ ਨੂੰ ਨਹੀਂ ਕੱਢਣਾ, ਕਿਸੇ ਨੂੰ ਕੋਈ ਦੁੱਖ ਤਕਲੀਫ ਨਹੀਂ, ਤੇ ਫਿਰ ਉਹ ਤੇ ਹੁਣ ਵੀ ਰਹਿ ਰਹੇ ਨੇ। ਕੀ ਦੇਸ਼ ਦਾ ਨਾਮ ਚੇਂਜ ਕਰਨਾ? ਨਹੀਂ ਜੀ, ਇਹ ਜਿੰਨਾ ਚਿਰ ਤੁਹਾਡੇ ਕੋਲ ਬਾਦਸ਼ਾਹੀ ਨਹੀਂ ਹੈ, ਜਿਹੜਾ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ ਕਿ ਇਨ ਗਰੀਬ ਸਿੱਖੋਂ ਕੋ ਦੂੰ ਬਾਦਸ਼ਾਹੀ, ਬਾਦਸ਼ਾਹੀ ਤਾਂ ਸਿੱਖ ਦੇ ਕੋਲ ਹੋਊਗੀ, ਸਾਨੂੰ ਐਂ ਰੋਲਿਆ ਤਾਂ ਨਹੀਂ ਜਾਊਗਾ ਜਿਵੇਂ। ਨਹੀਂ ਫਿਰ ਆਪਾਂ ਜੇ ਉਹ ਕੱਢਦੇ ਨਹੀਂ, ਕੋਈ ਇਸ ਤਰ੍ਹਾਂ ਦੀ ਗੱਲਬਾਤ ਨਹੀਂ, ਉਹ ਸੌਖੇ ਰਹਿਣਗੇ, ਤੇ ਫਿਰ ਕੀ ਉਹਨਾਂ ਨੂੰ ਅਸੀਂ ਇਲੈਕਸ਼ਨ ਨਹੀਂ ਲੜਨ ਦੇਾਂਗੇ? ਨਹੀਂ ਬਿਲਕੁਲ ਲੜਨਗੇ ਜੀ, ਸਾਰਾ ਕੁਝ ਕਰਨਗੇ। ਮੈਨੂੰ ਇੱਕ ਗੱਲ ਦੱਸੋ, ਜੇ ਇਲੈਕਸ਼ਨ ਵੀ ਉਹ ਲੜਨਗੇ, ਰਹਿਣਗੇ ਵੀ ਇੱਥੇ, ਤੇ ਜੇ ਫਿਰ ਉਹ ਬਹੁਮਤ ਬਣ ਕੇ ਸੱਤਾ ਦੇ ਵਿੱਚ ਆ ਜਾਂਦੇ ਨੇ, ਫਿਰ ਕੀ ਕਰੋਗੇ? ਹੋਊਗੀ ਤਾਂ ਸਿੱਖ ਸਟੇਟ ਨਾ ਜੀ, ਮੇਰਾ ਮਤਲਬ ਹੈ ਕਿ ਕੰਸਟੀਟਿਊਸ਼ਨ ਜਿਹੜੀ ਹੋਊਗੀ। ਮਾਨ ਸਾਹਿਬ, ਫਿਰ ਸਿਰਫ ਨਾਮ ਚੇਂਜ ਕਰਨਾ ਇਹਦਾ? ਜੋ ਸਾਡੀ ਇਹ ਇੰਡੀਪੈਂਡੈਂਟ ਸੋਵਰਨ ਸਿੱਖ ਸਟੇਟ ਹੋਊਗੀ, ਸਾਡੇ ਤੇ ਮਿਡਨਾਈਟ ਨੌਕ ਨਹੀਂ ਹੋਊਗਾ, ਅਸੀਂ ਜ਼ਲੀਲ ਨਹੀਂ ਹੋਵਾਂਗੇ, ਸਾਨੂੰ ਮਾਰਿਆ ਨਹੀਂ ਜਾਊਗਾ। ਜਿਹੜੇ ਸਾਡੇ 1984 ਦੇ ਵਿੱਚ ਕਤਲੇਆਮ ਹੋਈ ਹੈ, ਜਿਹੜਾ ਦਰਬਾਰ ਸਾਹਿਬ ਦੇ ਉੱਤੇ ਅਟੈਕ ਹੋਇਆ ਹੈ, ਉਹਨਾਂ ਦੇ ਮੁਲਜ਼ਮ ਤਾਂ ਟਰਾਈ ਕਰਕੇ ਉਹਨਾਂ ਦੇ ਉੱਤੇ ਪਨਿਸ਼ਮੈਂਟ ਤਾਂ ਹੋਊਗੀ। ਚਲੋ ਇਹ ਸਾਰੇ ਕੰਮ ਹੋ ਜਾਣਗੇ। ਚਲੋ ਮੈਂ ਤੁਹਾਨੂੰ ਪੁੱਛਦਾ, ਅਸੀਂ ਖਾਲਿਸਤਾਨ ਨਹੀਂ ਮੰਗਦੇ, ਤੁਸੀਂ ਸਾਨੂੰ ਦੇਣ ਨੂੰ ਕੀ ਤਿਆਰ ਹੋ? ਇਹ ਜੁੱਤੀਆਂ ਅਤੇ ਛਿੱਤਰ ਅਤੇ ਜ਼ਲਾਲਤ ਇਹੀ ਹੈ ਨਾ ਤੁਹਾਡੇ ਪੱਲੇ? ਜੇ ਅਸੀਂ ਖਾਲਿਸਤਾਨ ਨਹੀਂ ਮੰਗਦੇ ਤੁਸੀਂ ਫਿਰ ਸਾਨੂੰ ਕੀ ਦੇਣ ਦੇ ਦਿਓਗੇ? ਸਾਡਾ ਮਾਨਸਾ ਦਾ ਸਵਾਲ ਨਹੀਂ ਹੈ, ਮੇਰੇ ਸਵਾਲ ਦਾ ਜਵਾਬ ਅਜੇ ਨਹੀਂ ਆਇਆ। ਤੁਹਾਨੂੰ ਪੂਰਾ ਦੇ ਰਿਹਾ ਕਿ ਜੇ ਤੁਸੀਂ ਖਾਲਿਸਤਾਨ ਨੂੰ ਖੰਡਨ ਕਰਦੇ ਹੋ ਫਿਰ ਸਾਡੇ ਹਾਲਾਤ ਹਿੰਦੁੱਤਵਾ ਦੇ ਥੱਲੇ ਕਿਵੇਂ ਠੀਕ ਹੋਣਗੇ? ਮੁਗਲ ਰਾਜ ਦੇ ਵਿੱਚ ਕਿਵੇਂ ਠੀਕ ਹੋਏ ਜਿੰਨਾ ਚਿਰ ਅਸੀਂ ਲੜੇ ਨਹੀਂ ਹੈ? ਬਰਤਾਨੀਆ ਕਿਵੇਂ ਠੀਕ ਹੋਇਆ? ਅਫਗਾਨਾਂ ਦੇ ਵਿੱਚ ਕਿਵੇਂ ਹੋਇਆ? ਅਤੇ ਹੁਣ ਕੀ ਤੁਹਾਨੂੰ ਇਹ ਤੁਹਾਨੂੰ ਸ਼ਰਮ ਨਹੀਂ ਆਉਂਦੀ ਕਿ ਇਹ ਤੁਸੀਂ ਜ਼ਲਾਲਤ ਦੇ ਵਿੱਚ ਰਹਿ ਰਹੇ ਹੋ? ਰੋਟੀ ਖਾ ਲੈਂਦੇ ਹੋ, ਸਵੇਰੇ ਕੱਢ ਦਿੰਦੇ ਹੋ, ਤੁਹਾਡੀ ਮਨਸ਼ਾ ਸਿਰਫ ਇਹੀ ਹੈ ਕਿ ਰੋਟੀ ਖਾ ਲਈਏ ਅਤੇ ਕੱਢ ਦਈਏ, ਹੋਰ ਇਹ ਮੇਰਾ ਤੁਹਾਡੀ ਚਲੀ ਗਈ ਹੈ? ਮੇਰੀ ਇੱਕ ਚੀਜ਼ ਦੱਸੋ, ਹਾਂ ਵੀ ਜਿਵੇਂ ਪੰਜਾਬ ਦੇ ਵਿੱਚ ਬਾਹਰੋਂ, ਜਿਵੇਂ ਬਿਹਾਰ ਦੇ ਵਿੱਚੋਂ, ਯੂਪੀ ਦੇ ਵਿੱਚੋਂ ਲੋਕ ਲਿਆ ਕੇ ਸਿੱਖਾਂ ਨੂੰ ਘੱਟ ਗਿਣਤੀ ਕੀਤਾ ਜਾ ਰਿਹਾ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਆਪਣੀ ਸਰਕਾਰ ਨਾ ਬਣਾ ਸਕਣ, ਜਿਹੜੇ ਹੁਣ ਇੱਥੇ ਬਾਕੀ ਨੇ ਉਹ ਸਾਰੇ ਇਕੱਠੇ ਹੋ ਕੇ ਜੇ ਆਪਣੀ ਸਰਕਾਰ ਬਣਾ ਜਾਂਦੇ ਨੇ ਤਾਂ ਫਿਰ ਖਾਲਿਸਤਾਨ ਦੇ ਵਿੱਚ ਵੀ ਤਾਂ ਸਾਨੂੰ ਜਲਾਲਤ ਭਰੀ ਜ਼ਿੰਦਗੀ ਜਿਉਣੀ ਪਏਗੀ ਜੇ ਸਰਕਾਰ ਉਹਨਾਂ ਦੀ ਬਣ ਗਈ ਤੇ। ਅਤੇ ਜੇ ਮਨਮੋਹਨ ਸਿੰਘ ਵਰਗਾ ਇੰਡੀਆ ਦਾ ਪ੍ਰਾਈਮ ਮਿਨਿਸਟਰ ਬਣ ਸਕਦਾ ਤਾਂ ਫਿਰ ਹਿੰਦੂ ਕਿਉਂ ਨਹੀਂ ਖਾਲਿਸਤਾਨ ਦਾ ਇਹ ਬਣ ਸਕਦਾ? ਜੇ ਖਾਲਿਸਤਾਨ ਦਾ ਆਗੂ ਹੀ ਹਿੰਦੂ ਬਣਾਉਣਾ ਆ ਤੇ ਜਲਾਲਤ ਤੇ ਫਿਰ ਅਸੀਂ ਹਿੰਦੂ ਤਾਂ ਬਦੇ ਥੱਲੇ ਲੱਗੇ? ਨਹੀਂ, ਪਰ ਉਹ ਤੁਸੀਂ ਖੁਦ ਇਹ ਗੱਲ ਕਹੀ ਵੀ ਜੇ ਭਾਰਤ ਦਾ PM, ਠੀਕ ਹੈ ਜੀ, ਇਸ ਹਿੰਦੁਸਤਾਨ ਜਿਹਨੂੰ ਤੁਸੀਂ ਹਿੰਦੁਸਤਾਨ ਕਹਿੰਦੇ, ਮੈਂ ਭਾਵੇਂ ਨਹੀਂ ਕਹਿੰਦਾ, ਵੀ ਇੱਥੋਂ ਦਾ PM ਇੱਕ ਸਿੱਖ ਹੋ ਸਕਦਾ ਤੇ ਖਾਲਿਸਤਾਨ ਦਾ ਆਗੂ ਇੱਕ ਹਿੰਦੂ ਕਿਉਂ ਨਹੀਂ ਹੋ ਸਕਦਾ? ਇਹ ਤੁਹਾਡੀ ਵੈਡਿੰਗ ਹੈ। ਜੇ ਹਿੰਦੂ ਹੀ ਖਾਲਿਸਤਾਨ ਦਾ ਆਗੂ ਹੋਵੇਗਾ ਤੇ ਫਿਰ ਖਾਲਿਸਤਾਨ ਕਾਹਦਾ ਰਹਿ ਗਿਆ? ਹਿੰਦੂ ਤੋਂ ਬਾਅਦ ਡੰਡੇ ਹੇਠਾਂ ਫਿਰ ਅਸੀਂ ਰਹਿਣ ਲੱਗ ਪਏ? ਬਿਲਕੁਲ ਨਹੀਂ, ਉਹ ਮਨਮੋਹਨ ਸਿੰਘ ਵਰਗਾ ਚੱਲੂਗਾ ਜਿਵੇਂ ਇਹ ਖਾਲਸਾ ਪੰਥ ਦਾ, ਕਿਵੇਂ ਨਹੀਂ ਚੱਲਿਆ ਇਹ ਕੋਈ ਗੱਲ ਹੈ? ਜੇ ਨਾ ਚੱਲਿਆ ਕਿਉਂਕਿ ਸੱਤਾ ਉਹਨਾਂ ਦੀ ਹੈ, ਬਹੁਮਤ ਉਹਨਾਂ ਦਾ ਹੋ ਜਾਏਗਾ। ਨਹੀਂ ਨਹੀਂ, ਐਂ ਨਹੀਂ ਹੋ ਸਕਦਾ ਕਿ ਇਹ ਹੁਣ ਜਿਹੜਾ ਇਹ ਪ੍ਰਾਈਮ ਮਿਨਿਸਟਰ ਮਹਾਰਾਜਾ ਰਣਜੀਤ ਸਿੰਘ ਦਾ ਸੀ ਉਹ ਹਿੰਦੂ ਸੀਗਾ, ਪਰ ਚੱਲਦੀ ਤਾਂ ਇਹ ਸਟੇਟ ਸਿੱਖਾਂ ਦੀ ਸੋਚ ਦੇ ਉੱਤੇ ਚੱਲ। ਮਾਨ ਸਾਹਿਬ, ਤੁਸੀਂ ਖੁਦ ਕਿਹਾ ਵੀ ਜਿੰਨੀ ਦੇਰ ਤੱਕ ਸਾਡੇ ਹੱਥ ਵਿੱਚ ਸੱਤਾ ਨਹੀਂ ਆ ਜਾਂਦੀ ਅਸੀਂ ਕੁਛ ਨਹੀਂ ਕਰ ਸਕਦੇ। ਜਦੋਂ ਖਾਲਿਸਤਾਨ ਬਣ ਗਿਆ ਫਿਰ ਤਾਂ ਸੱਤਾ ਆਪਣੇ ਕੋਲ ਹੋਊ, ਹੋਰ ਕਿਤੇ? ਜੇ ਬੋਧੀ, ਹਾਂ, ਜੈਨੀ, ਠੀਕ ਹੈ ਜੀ, ਈਸਾਈ, ਹਿੰਦੂ ਇਹ ਸਾਰੇ ਇਕੱਠੇ ਹੋ ਕੇ ਆਪਣੀ ਸਰਕਾਰ ਬਣਾ ਜਾਂਦੇ ਨੇ ਤੇ ਫਿਰ ਜਿਹਦਾ ਰਾਜ ਉਸੇ ਦਾ ਡੰਡਾ, ਜਿਹਦਾ ਡੰਡਾ ਉਸੇ ਦਾ ਝੰਡਾ, ਫਿਰ ਤੁਸੀਂ ਤਾਂ ਟੈਂਡੀ ਗੱਲਾਂ ਕਰਦੇ ਹੋ। ਮੇਰਾ ਮਤਲਬ ਹੈ ਕਿ ਖਾਲਿਸਤਾਨ ਨਾਮ ਕਾਹਦਾ ਰਹਿ ਗਿਆ? ਨਾ ਫਿਰ ਜੇ ਸਰਕਾਰ ਹਿੰਦੂ ਬਣ ਗਈ ਤੇ ਫਿਰ ਹਿੰਦੂ ਸਰਕਾਰ ਤਾਂ ਹੁਣ ਵੀ ਭਾਰਤ ਵਿੱਚ ਹੈ ਨਾ। ਮੈਂ ਤੁਹਾਨੂੰ ਦੱਸੀ ਤਾਂ ਜਾਂਦਾ ਕਿ ਇਹ ਭਾਰਤ ਦੇ ਵਿੱਚ ਹੈਗੀ ਹੈ, ਮਨਮੋਹਨ ਸਿੰਘ ਵਰਗਾ ਪ੍ਰਾਈਮ ਮਿਨਿਸਟਰ ਬਣ ਜੂਗਾ, ਉਹਦੇ 'ਚ ਕੀ ਹੱਥ ਜੂਗਾ? ਉਹ ਖਾਲਿਸਤਾਨ ਦੇ ਕਾਨੂੰਨ ਅਤੇ ਸੰਵਿਧਾਨ ਦੇ ਮੁਤਾਬਕ ਚੱਲੀ ਜੂਗਾ। ਅਤੇ ਫਿਰ ਤੁਸੀਂ ਕਿਉਂ ਨਹੀਂ ਬਣੋਗੇ? ਹੈਂ, ਜੇ ਮੈਨੂੰ ਬਣਾਉਣਗੇ ਮੈਂ ਕੋਸ਼ਿਸ਼ ਕਰੂੰਗਾ। ਜਿਹੜਾ ਖਾਲਿਸਤਾਨ ਹੈ ਇਹ ਸਿੱਖ ਕੌਮ ਦਾ ਹੋਊਗਾ, ਜਿਵੇਂ ਬਰਤਾਨੀਆ ਹੈ ਇਹ ਅੰਗਰੇਜ਼ਾਂ ਦਾ ਹੈਗਾ, ਉੱਥੇ ਹੈੱਡ ਆਫ ਦਾ ਇੰਗਲਿਸ਼ ਚਰਚ ਉਹ ਮਹਾਰਾਣੀ ਐਲਿਜ਼ਬੈਥ ਹੈ, ਜਿਹੜੀ ਸਟੇਟ ਹੈ UK ਦੀ ਉਹਦੇ ਵੀ ਹੈੱਡ ਮਹਾਰਾਣੀ ਐਲਿਜ਼ਬੈਥ ਹੈ,
ਮੇਰਾ ਮਤਲਬ ਹੈ ਪਰ ਉੱਥੇ ਪੂਰੀ ਆਜ਼ਾਦੀ ਹੈ ਸਿੱਖਾਂ ਨੂੰ ਮੁਸਲਮਾਨਾਂ ਨੂੰ, ਰੂਲ ਆਫ ਲਾਅ ਹੈ, ਸਾਰੇ ਬਰਾਬਰ ਦੇ ਹੈਗੇ ਹੈ। ਇਸੇ ਤਰ੍ਹਾਂ ਇਹ ਖਾਲਿਸਤਾਨ ਹੋਊਗਾ ਕਿ ਬੇਸ਼ੱਕ ਇਹ ਸਿੱਖ ਸਟੇਟ ਹੋਊਗੀ ਪਰ ਇੱਥੇ ਹੱਕ ਹਕੂਕ ਜਿਵੇਂ ਬਰਤਾਨੀਆ ਦੇ ਵਿੱਚ ਹੈਗੇ ਸਾਰੀਆਂ ਕੌਮਾਂ ਦੇ, ਉਸੇ ਤਰ੍ਹਾਂ ਹੀ ਹੋਣਗੇ। ਫਿਰ ਤੁਸੀਂ ਕਹਿੰਦੇ ਹੋ ਕਿ ਵੀਜ਼ੇ ਲੈ ਕੇ ਆਉਣੇ ਪੈਣੇ ਹੈ, ਅਤੇ ਇਹ ਇਹ ਹੁਣ ਵੀਜ਼ਾ ਅਸੀਂ ਇੱਕਦਮ ਦੇਵਾਂਗੇ ਕਿਸੇ ਸਿੱਖ ਨੂੰ, ਕਿਉਂ ਰੋਕਾਂਗੇ? ਹੁਣ ਜਿਹੜੀ ਇਜ਼ਰਾਇਲ ਦੀ ਸੰਖਿਆ ਹੈ ਉਹਦੇ ਨਾਲੋਂ ਤਾਂ ਜ਼ਿਆਦਾ ਯਹੂਦੀ ਨਿਊਯੋਰਕ ਸਿਟੀ ਅਮੈਰੀਕਾ 'ਚ ਰਹਿੰਦੇ ਹੈ, ਬਹੁਤ ਸਾਰੇ ਯੂਰਪ ਦੇ ਵਿੱਚ ਰਹਿੰਦੇ ਹੈ, ਉਹ ਜਦੋਂ ਚਾਹੁਣ ਉੱਥੇ ਇਜ਼ਰਾਇਲ ਦੇ ਵਿੱਚ ਆ ਸਕਦੇ ਹੈ, ਪਰ ਉਹਨਾਂ ਦੀ ਸੰਖਿਆ ਤਾਂ ਬਾਹਰ ਦੇ ਜੂਸ ਨਾਲੋਂ ਘੱਟ ਹੈ ਨਾ। ਪਰ ਮੇਰਾ ਮਤਲਬ ਹੈ ਕਿ ਕੋਈ ਰੈਸ਼ਨਲ ਹੋਣਾ ਚਾਹੀਦਾ, ਕੋਈ ਇਰੈਸ਼ਨਲ ਗੱਲ ਨਹੀਂ ਆਪਾਂ ਨੂੰ ਕਰਨੀ ਚਾਹੀਦੀ ਕਿ ਜੇ ਸਿੱਖ ਸਟੇਟ ਬਣ ਗਈ ਕਿ ਹਿੰਦੂ ਨੂੰ ਐਂ ਹੋ ਜੂਗਾ, ਮੁਸਲਮਾਨ ਨੂੰ ਐਂ ਹੋ ਜੂਗਾ। ਨਹੀਂ, ਬਿਲਕੁਲ ਜਿਵੇਂ ਬਰਤਾਨੀਆ ਦੇ ਵਿੱਚ ਹੈਗਾ ਉਸ ਤਰ੍ਹਾਂ ਹੀ ਹੋਊਗਾ, ਅਤੇ ਹੈੱਡ ਆਫ ਦਾ ਸਟੇਟ ਤਾਂ ਸਿੱਖ ਹੋਊਗਾ ਪਰ ਪ੍ਰਾਈਮ ਮਿਨਿਸਟਰ ਜਿਵੇਂ ਬਰਤਾਨੀਆ ਦੇ ਵਿੱਚ ਬੈਂਜਮਿਨ ਡਿਜ਼ਰੇਲੀ ਇੱਕ ਯਹੂਦੀ ਸੀ, ਉਹ ਵੀ ਤਾਂ ਪ੍ਰਾਈਮ ਮਿਨਿਸਟਰ ਬਣ ਕੇ ਗਏ ਆ ਬਰਤਾਨੀਆ ਦੇ। ਐਂ ਨਹੀਂ ਇਹ ਕਿ ਅੱਜ ਵੀ ਜੇ ਸਿੱਖ ਦੇ ਕੋਲ ਜ਼ਿਆਦਾ ਮਜੋਰਿਟੀ ਹੋਵੇ, ਜਿਵੇਂ ਕੈਨੇਡਾ ਦੇ ਵਿੱਚ ਹੈ, ਉੱਥੇ ਚਾਰ ਸਿੱਖ ਕੈਨੇਡਾ ਦੀ ਕੈਬਨਿਟ ਦੇ ਵਿੱਚ ਹੈਗੇ ਆ। ਡਿਫੈਂਸ ਮਿਨਿਸਟਰ ਤੁਹਾਡਾ ਸਿੱਖ ਹੈਗਾ ਕੈਨੇਡਾ ਦੇ ਵਿੱਚ, ਪਰ ਇੱਥੇ ਤਾਂ ਇਹ ਸਾਨੂੰ ਬੀਬੀ ਹਰਸਿਮਰਤ ਕੌਰ ਨੂੰ ਇਹ ਪੈਕਿੰਗ ਦਾ ਦਿੱਤਾ ਹੋਇਆ, ਕੋਈ ਤੁਹਾਡੀ ਕਦਰ ਨਹੀਂ, ਕੋਈ ਤੁਹਾਡੀ ਅਹਿਮਤਾ ਨਹੀਂ ਹੈ ਕਿ ਐਵੇਂ ਲੀਲੀ ਲੀਲੀ ਕਰਕੇ ਭੱਜੇ ਫਿਰਦੇ ਹਾਂ ਅਸੀਂ। ਜੇ ਅਸੀਂ ਕਾਂਗਰਸ ਚਲੇ ਜਾਈਏ ਫਿਰ ਦਿੱਲੀ ਜਾ ਕੇ ਅਸੀਂ ਕਹਿੰਦੇ ਹਾਂ ਜੈ ਹਿੰਦ, ਜੇ ਅਸੀਂ ਬੀਜੇਪੀ 'ਚ ਚਲੇ ਜਾਈਏ ਫਿਰ ਅਸੀਂ ਦਿੱਲੀ ਜਾ ਕੇ ਕਹਿੰਦੇ ਹਾਂ ਜੈ ਰਾਮ ਜੀ ਕੀ। ਪਰ ਮੇਰਾ ਮਤਲਬ ਇਹ ਤਾਂ ਖਤਮ ਹੋ ਜੂਗਾ ਨਾ, ਸਾਰੀ ਤੁਹਾਡੀ ਅਣਖਤਾ ਬਹਾਲ ਹੋਜੂ, ਸਾਰਾ ਕੁਛ ਹੋਜੂਗਾ, ਅਤੇ ਵਧੀਆ ਤੁਹਾਡੀ ਫੌਜ ਹੋਊਗੀ, ਵਧੀਆ ਤੁਹਾਡੀ ਐਡਮਿਨਿਸਟ੍ਰੇਸ਼ਨ ਹੋਊਗੀ, ਕੋਈ ਉਹਦੇ ਵਿੱਚ ਰਿਸ਼ਵਤਖੋਰੀ ਨਹੀਂ ਹੋਊਗੀ। ਅਤੇ ਜਿਹੜੇ ਹਿੰਦੂ ਨੇ ਇਹ ਸਾਨੂੰ ਬਹੁਤ ਜ਼ਰੂਰੀ ਹੈ, ਕਿਉਂ ਕਰਕੇ ਟ੍ਰੇਡਰਸ ਨੇ, ਅਤੇ ਇਹਨਾਂ ਦੀ ਟ੍ਰੇਡ ਸਿੱਧੀ ਰੂਸ ਅਤੇ ਸੈਂਟਰਲ ਏਸ਼ੀਆ ਅਤੇ ਇਰਾਨ ਇਰਾਕ ਨਾਲ, ਇੱਧਰ ਚੀਨ ਦੇ ਨਾਲ ਖੁੱਲ੍ਹ ਜੂਗੀ। ਅਤੇ ਸੁਖਬੀਰ ਹੋਰਾਂ ਦਾ ਕਹਿਣਾ ਹੈ ਕਿ ਇਹ ਜਿਹੜਾ ਆ ਇਹਦੇ ਵਿੱਚ ਸਾਰਾ ਕਾਂਗਰਸ ਦਾ ਹੱਥ ਸੀ, ਕਾਂਗਰਸ ਦੀ ਸ਼ਹਿਦ ਦੇ ਉੱਪਰ ਹੋਇਆ। ਬੜੀ ਸੋਹਣੀ ਗੱਲ ਹੈ ਜੀ, ਫਿਰ ਇਹ ਤੁਹਾਡੇ ਨਾਲ ਕਾਂਗਰਸ ਨਹੀਂ ਹੈ, ਤੁਹਾਡੇ ਨਾਲ ਆਮ ਆਦਮੀ ਪਾਰਟੀ ਨਹੀਂ ਹੈ, ਅਕਾਲੀ ਦਲ ਅੰਮ੍ਰਿਤਸਰ ਨਹੀਂ ਹੈ, ਇਹ ਆਈ ਐੱਸ ਆਈ ਨੇ ਇਕੱਠ ਕਰਾਇਆ, ਸੁਖਬੀਰ ਸਿੰਘ ਕਹਿੰਦਾ। ਮੈਂ ਇਹਨਾਂ ਨੂੰ ਪੁੱਛਦਾ ਫਿਰ ਹੁਣ ਤੁਹਾਡੇ ਕੋਲ ਰਿਹਾ ਕੌਣ ਹੈ? ਅਤੇ ਨਾ ਤਾਂ ਤੁਹਾਡੇ ਕੋਲ ਇੰਡੀਆ ਦੀ ਰੋ ਰਹੀ ਹੈ, ਨਾ ਆਈ ਬੀ ਰਹੀ ਹੈ, ਆਈ ਐੱਸ ਆਈ ਨੇ ਸਾਰਾ ਕੁਛ ਕਰਾਇਆ ਹੈ, ਫਿਰ ਤੁਸੀਂ ਤਾਂ ਦੱਸੋ, ਤੁਸੀਂ ਤਾਂ ਹੱਥ ਛੱਡ ਕੇ ਹੁਣ ਇਹ ਮੇਰਾ ਮਤਲਬ ਵਿਚਾਰੇ ਬਣ ਗਏ ਹੋ ਕਿ ਇਹ ਤੁਹਾਡੇ ਹੱਥ ਦੇ ਵਿੱਚ ਤਾਂ ਨਹੀਂ ਕੁਛ। ਮੈਂ ਤਾਂ ਇਹਨਾਂ ਨੂੰ ਵਿਚਾਰੇ ਕਹਿੰਦਾ ਜੀ, ਇਹ ਵਿਚਾਰੇ ਗਰੀਬ ਆਦਮੀ ਨੇ, ਅਤੇ ਇਹਨਾਂ ਦੀ ਗੱਲ ਹੁਣ ਛੱਡੋ, ਹੁਣ ਚੜ੍ਹਦੀ ਕਲਾ ਖਾਲਿਸਤਾਨ ਦੀ ਗੱਲ ਕਰੋ, ਜਿਹੜੀ ਇੱਕ ਬਫਰ ਸਟੇਟ ਬਣੇ, ਚੜ੍ਹਦੀ ਕਲਾ ਇੱਜ਼ਤ ਦੇ ਅਣਖ ਦੇ ਨਾਲ ਅਸੀਂ ਕੀ। ਮਾਨ ਸਾਹਿਬ ਬਹੁਤ ਚੰਗਾ ਲੱਗਾ ਤੁਹਾਡੀਆਂ ਗੱਲਾਂ ਤੋਂ, ਅਸੀਂ ਅਤੇ ਸਾਡੇ ਦਰਸ਼ਕਾਂ ਨੇ ਰੱਜ ਕੇ ਲਾਹਾ ਲਿਆ ਹੈ। ਜਾਂਦੇ ਜਾਂਦੇ ਸਾਡੇ ਦਰਸ਼ਕਾਂ ਨੂੰ ਸਰਬੱਤ ਖਾਲਸੇ ਦੇ ਮੁੱਦੇ 'ਤੇ ਕੀ ਸੰਦੇਸ਼ ਦੇਣਾ ਚਾਹੁੰਦੇ? ਆਈ ਵਾਂਟ ਟੂ ਟੈਲ ਦ ਸਿੱਖਸ ਦੈਟ ਦ ਸਰਬੱਤ ਖਾਲਸਾ ਇਜ਼ ਹੈਲਡ ਵੈਨ ਐਵਰ ਦੇਰ ਇਜ਼ ਅ ਡੇਂਜਰ ਟੂ ਆਰ ਨੈਸ਼ਨੈਲਿਟੀ ਐਂਡ ਆਰ ਰਿਲੀਜਨ। We are facing the greatest danger today because most of the Sikhs leaders have become the toadies of the Union Hindu government in Delhi, and they had planned that their nominated Akal Takht Jathedars should take away the Hukmnama passed by them against the Sarsa Sath, who is a murderer, who is a rapist, and who has killed many Sikhs. Now, if you weaken the powers of the Jathedar to the benefit of the majority, then certainly your religion is not safe. Secondly, India has suspended our parliament, the Shromani Gurudwara Committee, since 2011 through the Supreme Court. And can a people live without the democratically established parliament, the STPC? But we Sikhs have been enslaved and all our institutions have been robbed. So the Sarbat Khalsa is always called when your nationality
and your religion are in danger. So we did ask for the Sarbat Khalsa, and our recommendations are those that set the Sikh nationality and the Sikh religion aside. That is one of the greatest gifts we have got, because we have lived in tyranny of the Mughals, of the Afghans, of the British, and now of Hindutva. And there's always a danger that these authorities will break our nationality and our religion. So Sarbat Khalsa is a congregation of all the Sikhs, which addresses problems of the Sikhs, and we overcome it. Now, on the 11th was the day of the Diwali. And every Diwali, the Jathedar addresses the Sangat, the people from the Sikh faith, from the Akal Takht Sahib in Amritsar. That day, the Badal and the BJP appointed Jathedar of the Akal Takht, Jathedar Gurbachan Singh, came and tried to give his speech. But he was booed down. And on the other hand, Singh Sahib Bhai Tyan Singh Mand, who was nominated as the Jathedar of the Panth, he gave a speech and he got a thunderous applause from the people and everything that I think, because most of our leaders are in jail, that is enough satisfaction to us who did call the Sarbat Khalsa, that the Sikhs have fallen in line with all the resolutions of the Sarbat Khalsa. Mansa was allowed, but the appointed Jathedar by the Government of India and Badal and the BJP, he couldn't utter a single word. So I can't say anything more, because we are under another rule and all our Jathedars are in prison. The fact that they are in prison is that India is afraid that if they come out, our rule in Punjab and the Punjab territories like Kutch in Gujarat, Rajasthan, Haryana, Himachal and Jammu Kashmir and Punjab, that will automatically wither away. It will wither away. So I thank all the Khalsa who are listening to this debate. In a few words, I have translated all that I had said into English, and we hope you will come with us for and support an independent sovereign Sikh state, a buffer state between Pakistan, China and India, which are all charged with nuclear weapons. And if there is a war between any of them, the battleground would be the Punjab and the Sikh territories I've just named. And you know, in a nuclear war, the Sikhs and the Punjabi race will be entirely annihilated and exterminated. So that's all I want to say. So I bid you goodbye, and Waheguru Ji Ka Khalsa, Waheguru Ji Ki Fateh. Man Sahib, toda tehe dil to dhanwad kita janda hai ਕਿ ਤੁਸੀਂ ਸਾਡੇ ਕੌੜਾ ਸੱਚ ਪ੍ਰੋਗਰਾਮ ਦੇ ਵਿੱਚ ਹਾਜ਼ਰ ਹੋ ਕੇ ਅਨੇਕ ਪ੍ਰਕਾਰ ਦੇ ਕੌੜੇ ਸੱਚ ਸਾਡੇ ਦੇਸ਼ ਵਿਦੇਸ਼ ਦੇ ਦਰਸ਼ਕਾਂ ਨੂੰ ਦੱਸੇ ਨੇ। ਸੋ ਦੇਸ਼ ਵਿਦੇਸ਼ ਦੇ ਦਰਸ਼ਕੋ, ਸਮੇਂ ਦੀਆਂ ਘੜੀਆਂ ਕਿਸੇ ਦਾ ਇੰਤਜ਼ਾਰ ਨਹੀਂ ਕਰਦੀਆਂ। ਅਗਲੇ ਹਫ਼ਤੇ ਕਿਸੇ ਨਵੀਂ ਸ਼ਖਸੀਅਤ ਨੂੰ ਲੈ ਕੇ ਤੁਹਾਡੇ ਰੂਬਰੂ ਹੋਵਾਂਗਾ। ਤਦ ਤੱਕ ਲਈ ਆਪਣੇ ਸੇਵਕ ਹਰਪ੍ਰੀਤ ਸਿੰਘ ਮੱਖੂ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।